ਬਹੁਤ ਸਾਰਾ ਸਮਾਂ ਨਾ ਅਤੇ ਪੈਸਾ ਘਰਦਿਆਂ ਦਾ ਮੈਂ ਰਾਜਨੀਤੀ ਵਗੈਰਾ 'ਚ ਖਰਾਬ ਕੀਤਾ। ਲੀਡਰਾਂ ਦੇ ਮਗਰ ਗੱਡੀਆਂ ਭਰ ਕੇ ਚਲੇ ਜਾਣਾ, ਰੈਲੀਆਂ ਜਾ ਰਹੇ ਹਾਂ ਜੀ। ਜਦੋਂ ਇਲੈਕਸ਼ਨ ਲੜਦੇ ਹੁੰਦੇ ਸੀਗੇ, ਜਦੋਂ ਮਾਰ ਧਾੜ ਹੁੰਦੀ ਸੀਗੀ, ਬਈ ਮੈਂ ਉਹਦੀ ਕਹਾਣੀ ਜਾਣਨਾ ਚਾਹੂੰਗਾ ਵੀ ਉੱਥੇ ਐਸਾ ਕੀ ਹੁੰਦਾ ਸੀ। ਸਾਡੇ ਮੁੰਡੇ ਲਾਸ਼ਾਂ ਬਣ ਗਏ, ਤੁਹਾਡੇ ਮੁੰਡੇ ਬੜੇ ਨਵਾਬ। ਜਿੰਨੇ ਵੀ ਰੋਡ ਦੇ ਉੱਤੇ ਕਾਲਜ ਸੀ ਨਾ ਇਹ, ਤਾਂ ਆਹ ਸਟੂਡੈਂਟ ਯੂਨੀਅਨ ਦਾ ਮੁੰਡਿਆਂ ਦਾ ਬੱਸਾਂ ਵਾਲਿਆਂ ਨਾਲ ਰੌਲਾ, ਤਾਂ ਦੂਜਾ ਉਦੋਂ PSU ਬੜੀ ਮਜ਼ਬੂਤ ਹੁੰਦੀ ਸੀ। ਸਟੂਡੈਂਟ ਯੂਨੀਅਨ ਦਾ ਇੱਕ ਅਲੱਗ ਰੋਲ ਹੁੰਦਾ ਜੀ। ਜ਼ਿਆਦਾਤਰ ਜਦੋਂ SOI ਯੂਥ ਕਾਂਗਰਸ ਪੋਲੀਟੀਕਲ ਪਾਰਟੀਆਂ ਦੇ ਗਰੁੱਪ ਬਣੇ ਥੱਲੇ, ਤਾਂ ਫਿਰ ਕੀ ਹੁੰਦਾ ਸੀ ਨਾ, ਇੱਕ ਦੌਰ ਚੱਲਿਆ ਬਦਲਾਖੋਰੀ ਦਾ ਸਾਡੇ। ਇੱਕ ਪਾਸੇ ਕਹਿਣਾ ਵੀ ਅਸੀਂ ਤੁਹਾਡੀ ਭਲਾਈ ਵਾਸਤੇ ਵੋਟਾਂ 'ਚ ਖੜ੍ਹੇ ਹਾਂ, ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਵੋਟਾਂ 'ਚ ਖੜ੍ਹੇ ਹਾਂ, ਅਸੀਂ ਸਟੂਡੈਂਟਸ ਦੇ ਹੱਕ ਵਾਸਤੇ ਵੋਟਾਂ 'ਚ ਖੜ੍ਹੇ ਹਾਂ, ਹੈ ਨਾ, ਪਿੱਛੋਂ ਦੀ ਪੋਲੀਟੀਕਲ ਲੀਡਰ ਦੀ ਸਪੋਰਟ ਹੋਣੀ, ਮਾਰਧਾੜ ਹੋਣੀ, ਗੁੰਡਾਗਰਦੀ ਹੋਣੀ, ਹੈ ਨਾ, ਕੁੜੀਆਂ ਨੂੰ ਛੇੜਨਾ, ਕੁੜੀਆਂ ਨੂੰ ਛੇੜ ਕੇ ਉਹਨਾਂ ਨੂੰ ਆਪਣੇ ਵੱਲ ਖਿੱਚਣਾ, ਆਸ਼ਕੀਆਂ ਵੀ ਪੂਰੀਆਂ ਚੱਲਦੀਆਂ ਸੀ, ਆਸ਼ਕੀਆਂ ਦੇ ਨਾਲ ਗੁੰਡਾਗਰਦੀ ਚੱਲਦੀ ਸੀਗੀ। ਮੈਂ ਉਹ ਨਹੀਂ ਮੰਨਦਾ ਕਿਉਂਕਿ ਪੰਜਾਬ 'ਚ ਇੰਨੇ ਹਾਲਾਤ ਨਹੀਂ ਮਾੜੇ ਹੋਏ, ਤਾਂ ਮੈਨੂੰ ਇਹ ਗਿਲਾ ਵੀ ਰਿਹਾ ਮੇਕਰ ਦੇ ਨਾਲ। ਜਦੋਂ ਉਹ ਕਾਲਜ ਦੀ ਫਿਲਮ ਬਣਾਉਂਦੇ ਸੀ, ਤਾਂ ਉਹ 'ਚ ਵੀ ਕਿਸੇ ਬਦਮਾਸ਼ ਨੇ ਆ ਕੇ ਕੁੜੀ ਦੀ ਮਾਂ ਫੜ ਲਈ, ਹੀਰੋ ਨੇ ਆ ਕੇ ਉਹਨੂੰ ਕੁੱਟਤਾ, ਤਾਂ ਇਹੋ ਜਿਹਾ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਕਾਲਜ 'ਚ ਹੋਇਆ। ਨਾ ਹੀ ਤਾਂ ਸਾਡੇ ਇੰਨੇ ਮੁੰਡੇ ਗਏ ਕਰਕੇ ਸੀ ਵੀ ਇੱਦਾਂ ਕੁੜੀਆਂ ਦੀ ਬਾਹਾਂ ਫੜ ਲੈਣ, ਅਤੇ ਨਾ ਹੀ ਕਿਸੇ ਦੀ ਇੰਨੀ ਹਿੰਮਤ ਸੀ, ਅਤੇ ਨਾ ਹੀ ਸਾਡੇ ਲੋਕ ਇੰਨੇ ਬੇਗੈਰਤੇ ਸੀ, ਉਹ ਤਾਂ ਹੱਥ ਵੱਢ ਕੇ ਘਰੇ ਲੈ ਜਾਣ। ਜਦੋਂ ਤੁਹਾਡੇ ਕੋਈ ਵੱਡੇ ਵਿਆਹ 'ਚ ਆ ਕੇ ਕੋਈ ਬਦਮਾਸ਼ ਜਾਂ ਗੁੰਡਾ ਮੂਹਰਲੇ ਸੋਫਿਆਂ 'ਤੇ ਆ ਕੇ ਬੈਠ ਰਿਹਾ, ਨਾਲ ਉਹਦੇ ਦੋਸਤ ਲਿਆਣੇ ਬੰਦੇ ਨੇ, ਤਾਂ ਸਾਡੇ ਜਿਹੜੇ ਯੰਗ ਨਿਆਣੇ ਨੇ ਉਹਨਾਂ 'ਤੇ ਪ੍ਰਭਾਵ ਪਏਗਾ ਵੀ ਬਾਈ ਜੀ ਤਾਂ ਬੜੀ ਚੜ੍ਹਾਈ ਆ। ਆਮ ਘਰ ਦਾ ਬੰਦਾ ਜਿਹੜਾ ਪੜ੍ਹਨ ਆਇਆ, ਕੁਝ ਸਾਲਾਂ ਦੇ ਬਾਅਦ ਕਾਲਜ ਦੇ ਪ੍ਰੋਟੋਕੋਲ, ਕਾਲਜ 'ਚ ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਆ, ਗੁੰਡਾਗਰਦੀ ਵਾਲੇ ਪਾਸੇ ਪੈ ਜਾਣਾ, ਉਹ ਫਿਰ ਥੋੜ੍ਹਾ ਥੋੜ੍ਹੇ ਸਮੇਂ ਬਾਅਦ ਕੋਈ ਇੱਕ ਐਸਾ ਇਨਸਾਨ ਜਿਹੜਾ ਬਾਅਦ 'ਚ ਬਦਮਾਸ਼ ਬਣ ਜਾਂਦਾ, ਜਿਹੜਾ ਕਹਿੰਦਾ ਕਿ ਮੈਨੂੰ ਕਿਸੇ ਦੇ ਡਰ ਨਹੀਂ, ਡੱਬ 'ਚ ਅਸਲਾ ਆ, ਹੱਥ 'ਚ ਅੱਖਾਂ 'ਚ ਖੌਫ ਆ, ਚਿਹਰੇ 'ਚ ਗੁੱਸਾ ਆ, ਅਤੇ ਬੰਦਾ ਕਹਿੰਦਾ ਯਾਰ ਤੂੰ ਹੀ ਆ ਮੈਂ। ਇਨਸਾਨ ਜਦੋਂ ਦੇਖਦਾ ਨਾ, ਤਾਂ ਉਹਨੂੰ ਚਾਰ ਬੰਦੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਗੋਡੀਆਂ ਥਲਾ ਰਹੇ ਆ, ਬਾਈ ਬਾਈ ਹੋ ਰਹੀ ਆ, ਤਾਂ ਬਹੁਤ ਲੋਕਾਂ ਦੇ ਅੰਦਰ ਇਹ ਭੁੱਖ ਹੁੰਦੀ ਹੈ। ਅੱਜ ਦੇ ਦੌਰ ਵਿੱਚ ਪੁਰਾਣੇ ਮੁੱਦਿਆਂ ਨੂੰ ਚੱਕ ਕੇ ਮਾਰ ਕਟਾਈ ਗੁੰਡਾਗਰਦੀ ਦਿਖਾ ਕੇ ਅੱਜ ਦੇ ਯੂਥ ਨੂੰ ਜਿਹੜੇ ਨੋਰਮਲ ਜਿਹੜੇ ਲੋਕ ਤਰੀਕੇ ਲੱਭਦੇ ਆ ਮਾਰਨੇ ਦੇ, ਕੁੱਟਣੇ ਦੇ, ਗੁੱਸਾ ਕਰਨੇ ਦੇ, ਇਹ ਫਿਲਮਾਂ ਉਹਨਾਂ ਨੂੰ ਹੋਰ ਜ਼ਿਆਦਾ ਉਹ ਕਰਦੀਆਂ ਨੇ, ਲਾਲਚ, ਮਤਲਬ ਕਿ ਉਹਨਾਂ ਨੂੰ ਮੋਹ ਕਰਦੀਆਂ ਨੇ ਕਿ ਬਈ ਉਹ ਆਈਡੀਆ ਲੈਂਦੇ ਨੇ, ਲੈ ਬਈ ਇੱਦਾਂ ਵੀ ਮਾਰ ਸਕਦੇ ਹਾਂ। ਅਸਲ 'ਚ ਨਾ ਅਸਾਈਲ ਵੇਰੇ ਹੌਕੀਆਂ ਡੰਡੇ ਅਤੇ ਪਾਥੀਆਂ ਦੀ ਲੜਾਈ ਤਾਂ ਰਹਿ ਹੀ ਨਹੀਂ ਗਈ, ਫਿਲਮਾਂ ਅਸਲ ਜ਼ਿੰਦਗੀ ਦੀ ਤਸਵੀਰ ਨੇ। ਬਈ ਅਗਰ ਫਿਲਮ ਅਸਲ ਜ਼ਿੰਦਗੀ ਦੀ ਤਸਵੀਰ ਨੇ, ਅਸੀਂ ਉਹ ਤਸਵੀਰਾਂ ਦਿਖਾਉਣੀਆਂ ਹੀ ਕਿਉਂ ਨੇ ਜਿਹੜਾ ਅੱਜ ਦਾ ਦੌਰ ਖਰਾਬ ਕਰਨ? ਦੇਖੋ, ਅਸੀਂ ਰਮਾਇਣ ਦੇਖਦੇ, ਅਗਰ ਰਾਵਣ ਨਹੀਂ ਦਿਖਾਵਾਂਗੇ ਤਾਂ ਰਮਾਇਣ ਕਿਵੇਂ ਬਣੇਗੀ? ਰਮਾਇਣ ਅਤੇ ਫਿਲਮ 'ਚ ਫਰਕ ਆ ਬਈ। ਹੈਪੀ ਬਾਈ, ਜਿਹੜੇ ਕਿ ਰੋਡੇ ਕਾਲਜ ਫਿਲਮ ਦੇ ਡਾਇਰੈਕਟਰ ਨੇ, ਉਹ ਮੌਜੂਦ ਨੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ? ਤੁਹਾਡੇ ਸਾਰੇ ਨਿਊਜ਼ 18 ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕਿਵੇਂ ਹੋ? ਵਧੀਆ ਜੀ, ਸੋਹਣੀ ਭੂਮਿਕਾ ਬਣੀ ਤੁਸੀਂ। ਥੈਂਕ ਯੂ ਬਾਈ। ਮੈਨੂੰ ਐਂ ਲੱਗਦਾ ਕਿ ਭੂਮਿਕਾ ਵੀ ਤਾਂ ਹੀ ਆਉਂਦੀ ਹੈ ਜੇ ਉਸ ਸਕ੍ਰਿਪਟ ਵਿੱਚ ਦਮ ਹੋਵੇ, ਹੋਂਦ ਹੋਵੇ, ਗੱਲ ਦੀ ਹੋਂਦ ਹੋਵੇ। ਤਾਂ ਚਰਚਾ ਤਾਂ ਮੈਂ ਜਿਵੇਂ ਕਿਹਾ ਕਿ 2 ਕੁ ਸਾਲ ਤੋਂ ਹੈਗੀ ਆ, ਜਦੋਂ ਦੀ ਫਿਲਮ ਬਣਨੀ ਸ਼ੁਰੂ ਹੋਈ ਹੈ, ਤਾਂ ਚਰਚਾ ਵੀ ਇਸ ਗੱਲ ਦੀ ਹੁੰਦੀ ਆ ਬਾਈ ਕਿ ਕਿਉਂਕਿ ਨਾ ਲੋਕ ਬੜਾ ਜੁੜ ਜਾਂਦੇ ਆ, ਸਪੈਸ਼ਲੀ ਕਿ ਮੰਡੀਰ, ਹੈ ਨਾ, ਲੋਕ, ਕਿਉਂਕਿ ਜਿਹੜੇ ਰੋਡੇ ਕਾਲਜ ਫਿਲਮ ਆ ਉਹ ਕਾਲਜ ਤੋਂ ਹੀ ਨਿਕਲੀ ਹੋਈ ਫਿਲਮ ਆ, ਉੱਥੇ ਮਾਰ ਧਾੜ ਗੁੰਡਾਗਰਦੀ ਸੁਣਿਆ ਇੱਦਾਂ, ਬਾਕੀ ਤੁਸੀਂ ਕਰੈਕਟ ਕਰਿਓ ਬਾਈ,
ਜੇ ਕਿਤੇ ਵੀ ਥੋੜਾ ਬਹੁਤ ਹੋਵੇ, ਪੜ੍ਹਾਈ ਵੱਧ ਹੁੰਦੀ ਸੀ, ਅੱਛੇ ਕਾਲਜ ਸੀ, ਅੱਛੇ ਕਾਲਜ ਸੀ, ਤਾਂ ਉੱਥੋਂ ਪੜ੍ਹ ਕੇ ਕੋਈ ਡਿਪਟੀ ਕਮਿਸ਼ਨਰ ਹੈ, ਕੋਈ SSP ਹੈ, ਕੋਈ ਬਹੁਤ ਵੱਡੇ ਕਾਰੋਬਾਰੀ ਨੇ, ਤਾਂ ਸ਼ਹਿਰੀਮਾਨ ਵੀਰੇ ਹੋਣੀ ਉੱਥੋਂ ਪੜ੍ਹੇ ਆ, ਤਾਂ ਕੋਈ ਐਸੀ ਗੱਲ ਨਹੀਂ ਗੀ। ਤਾਂ ਕੀ ਹੁੰਦਾ ਨਾ, ਥੋੜ੍ਹਾ ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਉਹ ਮਾਲਵਾ ਏਰੀਆ ਅਤੇ ਕੁਛ ਰੋਡ ਦੇ ਉੱਪਰ ਕਾਲਜ ਹੁੰਦਾ ਜੀ, ਤਾਂ ਉਦੋਂ ਜਿਹੜਾ ਆਉਣ ਜਾਣ ਨੂੰ ਵਹੀਕਲ ਨਹੀਂ ਹੁੰਦੇ, ਬੱਸਾਂ ਹੀ ਹੁੰਦੀਆਂ ਜੀ, ਤਾਂ ਰੋਡ ਦੇ ਉੱਪਰ ਹੋਣ ਕਰਕੇ ਤਾਂ ਉੱਥੇ ਬੱਸਾਂ ਰੁਕਣ ਦੇ ਨੂੰ ਲੈ ਕੇ ਕੋਈ ਨਾ ਕੋਈ ਰੌਲਾ ਰੱਪਾ ਪੈ ਜਾਂਦਾ ਸੀ, ਤਾਂ ਜਵਾਨੀ ਥੋੜ੍ਹੀ ਅੱਥਰੀ ਹੁੰਦੀ ਆ, ਕਿਉਂਕਿ ਅਸੀਂ ਸੁਣਦੇ ਸੀਗੇ ਕਹਿੰਦੇ ਵੀ ਬੱਸਾਂ ਨੂੰ ਰੋਕ ਕੇ ਕਹਿੰਦੇ ਸੀਗੇ ਕਿੱਥੇ ਜਾਣਾ, ਰੋਡੇ ਕਾਲਜ ਜਾਣਾ, ਅਸੀਂ ਤਾਂ ਰੋਡੇ ਕਾਲਜ ਜਾਣਾ, ਆ ਜਾ ਫਿਰ, ਮਤਲਬ ਬੜਾ ਚੰਗਾ ਸਵਾਗਤ ਕੀਤਾ ਜਾਂਦਾ ਸੀ ਬਾਈ, ਮੈਨੂੰ ਐਂ ਲੱਗਦਾ। ਹਾਂ ਬਸ ਉਹ ਕੰਡਕਟਰ ਨੇ ਆ ਕੇ ਪੁੱਛਣਾ, ਹਾਂ ਬਾਈ ਉਹਨੇ ਕਹਿਣਾ ਰੋਡੇ ਕਾਲਜ, ਉਹਨੇ ਗਾਣਾ ਕੇ ਜਾਣਾ, ਕਹਿੰਦੇ ਟਿਕਟ ਵੀ ਨਹੀਂ ਲੈਂਦੇ। ਹਾਂ ਜਿਹਦੇ ਕੋਲ ID ਕਾਰਡ ਹੁੰਦੇ ਰੋਡੇ ਕਾਲਜ ਦਾ, ਉਹਦੀ ਟਿਕਟ ਨਹੀਂ ਲੱਗਦੀ ਸੀ। ਤਾਂ ਵੈਸੇ ਬੱਸਾਂ ਵਾਲਿਆਂ ਨਾਲ ਪਤਾ ਕੀ ਸੀ, ਪਿਆਰ ਵੀ ਸੀ, ਡਰਾਈਵਰ ਕੰਡਕਟਰ ਮਾਲਕ ਬੱਸ ਮਾਲਕ, ਪਿਆਰ ਤੋਂ ਜ਼ਿਆਦਾ ਖੌਫ ਸੀਗਾ। ਹਾਂ ਆਪਣੇ ਆਪਦੇ ਹੀ ਸੀ ਸਾਰੇ ਉਹ, ਤਾਂ ਕਿਤੇ ਨਾ ਕਿਤੇ ਹੁੰਦਾ ਕੀ ਸੀ ਨਾ, ਜਦੋਂ ਜਿਵੇਂ ਬੱਸ ਪ੍ਰਾਈਵੇਟ ਆ ਰਹੀ ਉਹਦੀ, ਤਾਂ ਉਹਨੇ ਦੇਖ ਲਿਆ ਵੀ ਯਾਰ ਸਟੂਡੈਂਟ ਬਹੁਤ ਸਾਰੇ ਖੜ੍ਹੇ ਨੇ, ਤਾਂ ਬੱਸ ਪਹਿਲਾਂ ਹੀ ਭਰੀ ਹੋਈ ਆ, ਤਾਂ ਹੁਣ ਉਹਦੀ ਵੀ ਮਜਬੂਰੀ ਆ, ਉਹਨੇ ਲਾਈਟਾਂ ਛੱਡ ਦੇਣੀਆਂ, ਪ੍ਰੈਸ਼ਰ ਆਉਣ 'ਤੇ ਹੱਥ ਰੱਖ ਦੇਣਾ ਵੀ ਪਾਸੇ ਵਜੋਂ ਨਹੀਂ ਰੁਕਣੀ। ਹੁਣ ਜਿਹੜਾ ਤੇਰੇ ਵਰਗਾ ਕੋਈ ਸਮਾਰਟ ਜਿਹਾ ਮੁੰਡਾ ਖੜ੍ਹਾ, ਉਹ ਕਹਿੰਦਾ ਯਾਰ ਜੇ ਬੱਸ ਨਾ ਰੁਕੀ ਮੇਰੀ ਬੇਇੱਜ਼ਤੀ ਹੋ ਜੂ, ਕੁੜੀਆਂ ਦੇਖ ਰਹੀਆਂ ਸਾਹਮਣੇ ਬੈਠੀਆਂ, ਹੈਨਾ, ਉਹ ਮਾਈਲਸਟੋਨ ਪੱਥਰ ਜਿਹੇ 'ਤੇ ਕੁੜੀਆਂ ਬੈਠੀਆਂ, ਉੱਧਰ ਮਾਹੌਲ ਇਹੋ ਜਿਹਾ ਹੁੰਦਾ ਸੀ। ਹਰ ਕੋਈ ਦੇਖੋ ਆਪਦੀ ਜ਼ਿੰਦਗੀ 'ਚ ਹਰ ਕੋਈ ਹੀਰੋ ਹੁੰਦਾ, ਖਾਸ ਕਰਕੇ ਕਾਲਜ ਟਾਈਮ 'ਤੇ, ਤਾਂ ਫਿਰ ਉਹਨੇ ਅੱਟ ਚੱਕਣੀ ਤਾਂ ਵਿਚਾਲੇ ਸੜਕ ਦੇ ਵਿੱਚ ਹੋ ਜਾਣਾ, ਅਤੇ ਬੱਸ ਨੇ ਆ ਕੇ ਨਾ ਬਿਲਕੁਲ ਹੱਥ ਨਾਲ ਲੱਗ ਜਾਂਦਾ ਸੀ। ਤਾਂ ਅਸੀਂ ਬਿਲਕੁਲ ਸ਼ੋਰਟ ਵੀ ਉੱਦਾਂ ਡਿਜ਼ਾਈਨ ਕੀਤੇ ਆ, ਕਿਉਂਕਿ ਸਾਡੀਆਂ ਅੱਖਾਂ ਸਾਹਮਣੇ ਸਾਰਾ ਕੁਛ ਹੁੰਦਾ ਜੀ, ਉੱਥੇ ਹੀ ਪੜ੍ਹੇ ਹਾਂ, ਤਾਂ ਬਸ ਇਹ ਮਾਹੌਲ ਸੀ ਬਾਈ। ਜਦੋਂ ਤੁਸੀਂ ਉੱਥੇ ਪੜ੍ਹੇ ਸੀਗੇ, ਕੋਈ ਕਲਾਕਾਰ ਉੱਥੇ ਤੁਹਾਡੇ ਸਾਹਮਣੇ ਪੜ੍ਹਦੇ ਹੁੰਦੇ ਸੀਗੇ ਉੱਥੇ? ਮੇਰੇ ਤੋਂ ਅੱਗੇ ਪਿੱਛੇ ਪੜ੍ਹੇ ਨੇ, ਮੇਰੇ ਨਾਲ ਤਾਂ ਜਰਨੈਲ ਹੋਣੀ ਸੀ, ਜਰਨੈਲ ਮੁੰਡਾ ਘੋਲਗੀ ਵਾਲਾ ਜਿਹਨੇ ਉਹ ਗਾਣੇ ਲਿਖੇ, ਐਡੀ ਕੀ ਤੂੰ ਜੈਲਦਾਰ ਨਹੀਂ ਤੇਰੇ ਡਿੱਗਿਆ ਰੁਮਾਲ ਫੜਾਈਏ, ਤਾਂ ਬਾਕੀ ਥੀਏਟਰ ਦੇ ਮੁੰਡੇ ਸੀ ਕਈ, ਉਹ ਕੈਨੇਡਾ ਵਗੈਰਾ ਸੈੱਟ ਹੋ ਗਏ, ਕਿਉਂਕਿ ਕਈ ਵਾਰ ਚੰਗੀ ਜ਼ਿੰਦਗੀ ਦੇ ਵਾਸਤੇ, ਕਿਉਂਕਿ ਘਰ ਦੇ ਹਰੇਕ ਨੂੰ ਅਲਾਓ ਨਹੀਂ ਕਰਦੇ, ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ, ਤਾਂ ਮੈਨੂੰ ਬਹੁਤ ਸਾਰੇ ਦੋਸਤ ਮਿੱਤਰ ਨੇ ਜਿਨ੍ਹਾਂ ਵਾਸਤੇ ਮੈਂ ਹਮੇਸ਼ਾ ਹੀ, ਉਹ ਪਤਾ ਨਹੀਂ ਸੋਚਦੇ ਨਾ, ਮੈਂ ਸੋਚਦਾ ਹੁੰਦਾ ਵੀ ਅਗਰ ਇਹ ਲਾਈਨ 'ਚ ਆ ਜਾਂਦੇ ਜਾਂ ਅਸੀਂ ਪਹਿਲਾਂ ਲਾਈਨ 'ਚ ਹੁੰਦੇ ਤਾਂ ਬਹੁਤ ਅੱਛੇ ਕਲਾਕਾਰ। ਕੀ ਰੋਡੇ ਕਾਲਜ ਫਿਲਮ ਬਣਾਉਣ ਦਾ ਮਕਸਦ ਇਹੀ ਸੀਗਾ, ਕਿਉਂਕਿ ਤੁਸੀਂ ਉੱਥੇ ਬੜੀਆਂ ਇੱਦਾਂ ਦੀਆਂ ਚੀਜ਼ਾਂ ਦੇਖੀਆਂ ਆ ਵੀ ਜਿਹੜੀਆਂ ਤੁਹਾਨੂੰ ਲੱਗਿਆ ਕਿ ਮੈਂ ਇਸ ਚੀਜ਼, ਇਸ ਫਿਲਮ ਨੂੰ ਬਣਾ ਸਕਦਾ, ਮੈਂ ਸਕਰੀਨ 'ਤੇ ਦਿਖਾ ਸਕਦਾ, ਕਿ ਆਪ ਮਹਿਸੂਸ ਕੀਤਾ ਤੁਸੀਂ ਤਾਂ ਫਿਲਮ ਬਣਾਈ? ਅਸਲ 'ਚ ਨਾ ਵੀਰੇ ਮੇਰੀ ਨਾ ਆਪਦੀ ਜ਼ਿੰਦਗੀ ਕੁਛ ਇੱਦਾਂ ਦੀ ਰਹੀ ਆ ਵੀ ਜਿਵੇਂ ਮੈਂ ਜਵਾਨੀ ਤੋਂ ਬਾਅਦ, ਮੈਨੂੰ ਲੱਗਦਾ ਕਿ ਮੈਂ ਤੁਹਾਡੇ ਕੋਲ ਕੰਟੈਕਟ ਤੱਕ ਬੈਠਿਆ ਆ, ਮੈਨੂੰ ਲੱਗਦਾ ਕਿਸੇ ਤੁਹਾਡੇ ਬੜੇ ਸੋਹਣੇ ਸੋਹਣੇ, ਬਹੁਤ ਸਾਰਾ ਸਮਾਂ ਨਾ ਅਤੇ ਪੈਸਾ ਘਰਦਿਆਂ ਦਾ ਮੈਂ ਰਾਜਨੀਤੀ ਵਗੈਰਾ 'ਚ ਖਰਾਬ ਕੀਤਾ, ਲੀਡਰਾਂ ਦੇ ਮਗਰ ਗੱਡੀਆਂ ਭਰ ਕੇ ਚਲੇ ਜਾਣਾ, ਰੈਲੀਆਂ ਜਾ ਰਹੇ ਹਾਂ ਜੀ, ਤਾਂ ਜਦੋਂ ਇੱਕ ਟਾਈਮ ਆਇਆ ਤਾਂ ਫਿਰ ਲੱਗਿਆ ਵੀ ਨਹੀਂ ਯਾਰ ਜੋ ਪਿੱਛੇ ਕਰਕੇ ਆਇਆ ਸ਼ਾਇਦ ਸਾਰਾ ਕੁਛ ਹੀ ਗਲਤ ਸੀ, ਹੈ ਨਾ। ਤਾਂ ਹੁਣ ਦੀ ਪੀੜ੍ਹੀ ਬਹੁਤ ਸਿਆਣੀ ਆ ਸਾਹਿਲ ਵੀਰੇ, ਹੁਣ ਤਾਂ ਨਾ ਹੁਣ ਵਾਲੇ ਜਿਹੜੇ ਬੱਚੇ ਆ, ਤਾਂ ਮੈਂ ਹਮੇਸ਼ਾ ਕਹਿੰਦਾ ਉਹਨਾਂ ਨੂੰ ਦੇਖੋ ਜਾਂ ਤਾਂ ਉਹ ਬਾਹਰ ਦੇਖੋ ਸ਼ਿਫਟਾਂ ਲਾ ਰਹੇ ਨੇ, ਪੜ੍ਹ ਰਹੇ ਨੇ, ਕੰਮ ਕਰ ਰਹੇ ਨੇ, ਬਹੁਤ ਬੱਚੇ ਮਿਹਨਤੀ ਆ, ਸਾਡੇ ਨਾਲੋਂ ਤਾਂ ਬਹੁਤ ਮਿਹਨਤੀ ਆ ਸਾਡੇ ਵਾਲੀ ਪੀੜ੍ਹੀ ਨਾਲੋਂ, ਮੈਨੂੰ ਲੱਗਦਾ ਇੱਦਾਂ। ਤਾਂ ਸਾਨੂੰ ਤਾਂ ਵੱਡੀ ਉਮਰ ਤੱਕ ਇਹ ਨਹੀਂ ਪਤਾ ਲੱਗਦਾ ਹੁੰਦਾ ਅਸੀਂ ਕਰਨਾ ਕੀ ਆ, ਹੈ ਨਾ। ਤਾਂ ਸਾਨੂੰ ਤਾਂ ਕੋਈ MLA ਮੰਤਰੀ ਜਾਣਦਾ ਇਹ ਲੱਗਣਾ ਵੀ ਯਾਰ IM ਦੀ ਬੌਸ, ਸਾਨੂੰ ਕੋਈ ਬਦਮਾਸ਼ ਜਾਂ ਕੋਈ ਗੈਂਗਸਟਰ ਜਾਣਦਾ ਉਸ ਤਰ੍ਹਾਂ ਦਾ ਬੰਦਾ ਦਬਕੇ ਛੌਕੇ ਵਾਲਾ, ਤਾਂ ਸਾਡੇ 'ਚੋਂ ਫੀਲ ਆ ਜਾਣਾ ਵੀ ਯਾਰ ਸਾਡੇ ਨਾਲ ਦਾ ਕੌਣ ਆ, ਵੀ ਸਾਡੀ ਇਹੀ ਪ੍ਰਾਪਤੀ ਆ। ਤਾਂ ਬਟ ਆਪਦੇ ਆਪ 'ਚ ਹੁਣ ਇੱਥੇ ਰਹਿ ਕੇ ਵੀ ਤੁਸੀਂ ਕੰਮ ਕਰ ਰਹੇ ਹੋ ਸਾਰੇ, ਜਾਂ ਤਾਂ ਬਾਹਰ ਚਲੇ ਗਏ ਨਿਆਣੇ, ਜਾਂ ਥੋੜ੍ਹੇ ਬਹੁਤੇ ਜਿਹੜੇ ਕੋਈ ਨਸ਼ਿਆਂ 'ਚ ਪੈ ਗਏ ਜਾਂ ਕੋਈ ਉਹ ਤਬਕਾ ਹੈ, ਤਾਂ ਜਿਹੜਾ ਇੱਥੇ ਰਹਿ ਕੇ ਕੰਮ ਕਰ ਰਿਹਾ ਨਾ ਇੱਥੇ ਪੰਜਾਬ 'ਚ ਵੀਰੇ, ਉਹ ਸੱਚੀ ਤੋਪਾਂ ਹੀ ਨੇ।
ਬਹੁਤ ਕਾਬਲ ਬੱਚੇ ਨੇ। ਹੁਣ ਤੁਸੀਂ ਫਿਲਮ ਦਾ ਟ੍ਰੇਲਰ ਦੇਖਿਆ ਆਪਣੀ ਦਾ, ਤਾਂ ਯਾਰ ਇੱਕ ਇੱਕ ਐਕਟਰ ਮੁੰਡੇ ਕੁੜੀਆਂ ਥੀਏਟਰ ਵਾਲੇ, ਮੈਂ ਕਹਿੰਦਾ ਵੀ ਤੁਸੀਂ ਤੁਹਾਨੂੰ ਲੱਗਦਾ ਵੀ ਯਾਰ ਵੀ ਇੰਨੇ ਕਾਬਲ ਨੇ ਇਹ, ਹੈ ਨਾ, ਇਹਨਾਂ ਨੂੰ ਤਾਂ ਮੌਕਾ ਚਾਹੀਦਾ ਸੀ ਵੀ ਛੱਡੋ, ਅਤੇ ਉਹ ਕਹਿੰਦੇ ਆ ਗਏ ਅਸੀਂ, ਹੈ ਨਾ। ਤਾਂ ਉਹ ਫਿਰ ਮੈਨੂੰ ਅਸਲ 'ਚ ਪਿਛਲੀਆਂ ਦੋ ਪੀੜ੍ਹੀਆਂ ਦੀ ਕਹਾਣੀ ਹੈ, ਇਹ ਮੌਜੂਦਾ ਪੀੜ੍ਹੀ ਦੀ ਕਹਾਣੀ ਨੀਗੀ। ਇਹ 2011 ਤੱਕ ਦਾ ਜੋ ਮਾਹੌਲ ਸੀ, 2005-06 ਤੋਂ ਲੈ ਕੇ 11 ਤੱਕ, ਔਰ 1990 ਤੱਕ, 87-88-99, ਤਾਂ ਉਸ ਸਮੇਂ ਦੀ ਇਹ ਗੱਲ ਕਰਦੀ ਆ। ਤਾਂ ਹਾਲਾਂਕਿ ਹਰ ਟਾਈਮ 'ਚ ਹੀ ਰਾਜਨੀਤੀ ਨੇ ਸਟੂਡੈਂਟਸ ਨੂੰ ਯੂਜ਼ ਵੀ ਕੀਤਾ, ਤਾਂ ਸਟੂਡੈਂਟਸ ਨੇ ਵੀ ਰਾਜਨੀਤੀ ਦੇ ਰਾਹੀਂ ਅੱਗੇ, ਕੋਈ ਰਾਜੇ ਵੜਿੰਗੋਣੀ, ਹੋਰ ਕਈ ਚਿਹਰੇ ਨੇ ਹੁਣ ਆਪ ਵਾਲੇ, ਕਈ ਐੱਮ ਐੱਲ ਏ ਮੁੰਡੇ ਨਵੇਂ ਬਣੇ ਆ, ਕੋਈ ਐਸਾ ਵੀ ਨਹੀਂ ਹੈ ਵੀ ਰਾਜਨੀਤੀ ਮਾੜਾ ਹੀ ਕਰਦੀ ਹੈ। ਤਾਂ ਕਿੰਨੀਆਂ ਦੀ ਗਤੀ ਸੁਧਾਰਗੀ, ਹਾਂ, ਤਾਂ ਬਟ ਹੁਣ ਮਾਹੌਲ ਚੇਂਜ ਆ, ਹੁਣ ਯੂਥ ਉਵੇਂ ਇਨਵੋਲਵ ਨਹੀਂ ਹੁੰਦਾ। ਪਰ ਬਾਈ ਤੁਹਾਨੂੰ ਇੱਦਾਂ ਲੱਗਦਾ ਕਿ ਰਾਜਨੀਤੀ 'ਚ ਉਸ ਟਾਈਮ ਪੈਰ, ਜਦੋਂ ਮਤਲਬ ਕਿ ਮੈਂ ਰੋਡੇ ਕੋਲਜ ਦੇ ਇਹ ਬੰਬ 'ਤੇ ਉਹਦੀ ਥੋੜ੍ਹਾ ਜਾਣਨਾ ਚਾਹੁੰਦਾ ਹਾਂ, ਕਿਉਂਕਿ ਮੈਨੂੰ ਐਂ ਲੱਗਦਾ ਕਿ ਤੁਸੀਂ ਉਸ ਅਗਰ ਫਿਲਮ ਨੂੰ ਫਿਲਮਾਇਆ ਹੈਗਾ, ਤੁਸੀਂ ਉਹਨੂੰ ਬਣਾਇਆ ਹੈਗਾ, ਤਾਂ ਤੁਸੀਂ ਬੜਾ ਥੋਟ ਪ੍ਰੋਸੈਸ ਥੋੜ੍ਹਾ ਕਲੀਅਰ ਹੋਊਗਾ। ਜਦੋਂ ਇਲੈਕਸ਼ਨ ਲੜਦੇ ਹੁੰਦੇ ਸੀਗੇ, ਜਦੋਂ ਮਾਰ ਧਾੜ ਹੁੰਦੀ ਸੀਗੀ, ਬਈ ਮੈਂ ਉਹਦੀ ਕਹਾਣੀ ਜਾਣਨਾ ਚਾਹੂੰਗਾ ਵੀ ਉੱਥੇ ਐਸਾ ਕੀ ਹੁੰਦਾ ਸੀਗਾ। ਵੈਸੇ ਨਾ ਸਾਹਿਲ, ਇਕੱਲੇ ਰੋਡੇ ਕੋਲਜ 'ਚ ਹੀ ਨਹੀਂ, ਚਾਹੇ ਉਹ ਮਲੋਟ ਛਾਪਿਆਂ ਵਾਲੀ ਆ, ਚਾਹੇ ਉਹ ਬਰਜਿੰਦਰਾ ਕੋਲਜ ਆ, ਚਾਹੇ ਮੋਗਾ DM ਕੋਲਜ ਆ, ਚਾਹੇ ਉਹ ਮਸਤੂਆਣਾ ਸਾਹਿਬ ਸੰਗਰੂਰ ਵਾਲਾ, ਚਾਹੇ ਉਹ ਖਾਲਸਾ ਕੋਲਜ ਅੰਮ੍ਰਿਤਸਰ ਆ, ਜਿੰਨੇ ਵੀ ਰੋਡ ਦੇ ਉੱਤੇ ਕੋਲਜ ਸੀ ਨਾ ਇਹ, ਤਾਂ ਆਹ ਸਟੂਡੈਂਟ ਯੂਨੀਅਨ ਦਾ, ਮੁੰਡਿਆਂ ਦਾ, ਬੱਸਾਂ ਵਾਲਿਆਂ ਦਾ ਰੌਲਾ। ਤਾਂ ਦੂਜਾ, ਉਦੋਂ PSU ਬੜੀ ਮਜ਼ਬੂਤ ਹੁੰਦੀ ਸੀ, ਸਟੂਡੈਂਟ ਯੂਨੀਅਨ ਦਾ ਇੱਕ ਅਲੱਗ ਰੋਲ ਹੁੰਦਾ ਸੀ। ਤਾਂ ਉਹ ਤਾਂ ਜ਼ਿਆਦਾਤਰ ਜਦੋਂ SOI ਯੂਥ ਕਾਂਗਰਸ ਪੋਲੀਟੀਕਲ ਪਾਰਟੀਆਂ ਦੇ ਗਰੁੱਪ ਬਣੇ ਥੱਲੇ, ਤਾਂ ਫਿਰ ਕੀ ਹੁੰਦਾ ਸੀ ਨਾ, ਇੱਕ ਦੌਰ ਚੱਲਿਆ ਬਦਲਾਖੋਰੀ ਦਾ ਸਾਡੇ। ਤਾਂ ਜਿਹੜੀਆਂ ਲੋਕਲ ਇਲੈਕਸ਼ਨਸ ਹੁੰਦੀਆਂ ਸੀ, ਚਾਹੇ ਨਗਰ ਕੌਂਸਲ ਦੀਆਂ, ਚਾਹੇ ਪੰਚਾਇਤ ਸਮਿਤੀਆਂ, ਚਾਹੇ ਹੈ ਨਾ ਉਹ ਜ਼ਿਲ੍ਹਾ ਪ੍ਰੀਸ਼ਦ ਹੈ, ਤਾਂ ਫਿਰ ਉਹ ਬੂਥ ਕੈਪਚਰ ਹੋਣੇ, ਕਦੇ ਅਕਾਲੀ ਦਲ ਕਰ ਰਿਹਾ, ਕਦੇ ਕਾਂਗਰਸ ਕਰ ਰਹੀ ਹੈ। ਤਾਂ ਹੁਣ ਆਪ 'ਤੇ ਵੀ ਇਲਜ਼ਾਮ ਲੱਗੇ ਵੀ ਇਹਨਾਂ ਨੇ ਥੋੜ੍ਹੇ ਬਹੁਤੇ ਧੱਕੇ ਕੀਤੇ, ਤਾਂ ਘੱਟ ਕੋਈ ਨਹੀਂ ਰਿਹਾ। ਤਾਂ ਉਹ ਸਟੂਡੈਂਟਸ ਨੂੰ ਯੂਜ਼ ਕਰਦੇ, ਠੀਕ ਆ, ਤਾਂ ਉਹ ਪ੍ਰਧਾਨ ਆ, ਕੋਈ ਉਹਨੂੰ ਕਹਿ ਦੇਣਾ 50 ਮੁੰਡੇ ਲੈ ਆਏ, ਹੈ ਨਾ, ਤਾਂ ਫਿਰ ਗੱਡੀਆਂ 'ਚ ਬਹਿ ਜਾਣਾ। ਤਾਂ ਸ਼ਰੇਆਮ ਹੀ ਕਈ ਵਾਰੀ ਤਾਂ ਪ੍ਰਸ਼ਾਸਨ ਵੀ ਸਪੋਰਟ ਕਰਦਾ ਸੀ ਸੱਤਾਧਾਰੀਆਂ ਦੀ, ਦੂਜਿਆਂ ਦੇ ਡੰਡੇ ਡੁੰਡੇ ਮਾਰ ਦੇਣੇ ਬੂਥਾਂ 'ਤੇ ਜਾ ਕੇ, ਭਾਜੋ 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 ਭਾਜੋ, ਤਾਂ ਉਹਨਾਂ ਨੇ ਅੰਦਰ ਵੜਨਾ, ਏਜੰਟ ਏਜੁੰਟ ਸਾਈਡ 'ਤੇ ਕਰਨੇ, ਠੱਪੇ ਲਾਉਣੇ, ਮੋਟਾ ਮੋਟਾ ਮਾਰਨੇ। ਤਾਂ ਉਹ ਸੀਨ ਵੀ ਤੁਹਾਨੂੰ ਮਿਲਣਗੇ ਫਿਲਮ 'ਚ। ਤਾਂ ਉਹ ਮਾਹੌਲ ਅਸੀਂ ਅੱਖੀ ਦੇਖਿਆ, ਮੈਂ ਖੁਦ ਜ਼ਿਲ੍ਹਾ ਪ੍ਰੀਸ਼ਦ ਸੱਚ ਜਾਣਨਾ ਚਾਹੁੰਦਾ ਹਾਂ। ਇੱਕ ਪਾਸੇ ਕਹਿਣਾ ਵੀ ਅਸੀਂ ਤੁਹਾਡੀ ਭਲਾਈ ਵਾਸਤੇ ਵੋਟਾਂ 'ਚ ਖੜ੍ਹੇ ਹਾਂ, ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਵੋਟਾਂ 'ਚ ਖੜ੍ਹੇ ਹਾਂ, ਅਸੀਂ ਸਟੂਡੈਂਟਸ ਦੇ ਹੱਕ ਵਾਸਤੇ ਵੋਟਾਂ 'ਚ ਖੜ੍ਹੇ ਹਾਂ, ਹੈ ਨਾ, ਪਿੱਛੋਂ ਦੀ ਪੋਲੀਟੀਕਲ ਲੀਡਰ ਦੀ ਸਪੋਰਟ ਹੋਣੀ, ਮਾਰਧਾੜ ਹੋਣੀ, ਗੁੰਡਾਗਰਦੀ ਹੋਣੀ, ਹੈ ਨਾ, ਕੁੜੀਆਂ ਨੂੰ ਛੇੜਨਾ, ਕੁੜੀਆਂ ਨੂੰ ਛੇੜ ਕੇ ਉਹਨਾਂ ਨੂੰ ਆਪਣੇ ਵੱਲ ਖਿੱਚਣਾ, ਆਸ਼ਕੀਆਂ ਵੀ ਪੂਰੀਆਂ ਚੱਲਦੀਆਂ ਸੀ, ਆਸ਼ਕੀਆਂ ਦੇ ਨਾਲ ਗੁੰਡਾਗਰਦੀ ਚੱਲਦੀ ਸੀਗੀ, ਹੈ ਨਾ, ਵੀ ਗੇੜੀਆਂ ਮਾਰਨੀਆਂ, ਟੀਚਰਾਂ ਦਾ ਡਰ ਹੈ ਨਹੀਂ, ਖੌਫ ਰੱਖਣਾ ਆਪਣਾ, ਇਹ ਚੀਜ਼ਾਂ ਨੂੰ ਬਾਈ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਕੁੜੀਆਂ ਨੂੰ ਛੇੜਨ ਵਾਲਾ ਪੁਆਇੰਟ ਆ, ਥੋੜ੍ਹਾ ਜਿਹਾ ਮੈਂ ਉੱਥੇ ਮੈਂ ਉਹ ਨਹੀਂ ਮੰਨਦਾ, ਕਿਉਂਕਿ ਪੰਜਾਬ 'ਚ ਇੰਨੇ ਹਾਲਾਤ ਨਹੀਂ ਮਾੜੇ ਹੋਏ। ਤਾਂ ਮੈਨੂੰ ਇਹ ਗਿਲਾ ਵੀ ਰਿਹਾ ਮੇਕਰਸ ਨਾਲ, ਜਦੋਂ ਉਹ ਕਾਲਜ ਦੀ ਫਿਲਮ ਬਣਾਉਂਦੇ ਸੀ ਤਾਂ ਉਹ 'ਚ ਵੀ ਕਿਸੇ ਬਦਮਾਸ਼ ਨੇ ਆ ਕੇ ਕੁੜੀ ਦੀ ਮਾਂ ਫੜ ਲਈ, ਹੀਰੋ ਨੇ ਆ ਕੇ ਉਹਨੂੰ ਕੁੱਟਤਾ, ਤਾਂ ਇਹੋ ਜਿਹਾ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਕਾਲਜ 'ਚ ਹੋਇਆ। ਨਾ ਹੀ ਤਾਂ ਸਾਡੇ ਇੰਨੇ ਮੁੰਡੇ ਗਏ ਕਰਕੇ ਸੀ ਵੀ ਇੱਦਾਂ ਕੁੜੀਆਂ ਦੀ ਬਾਹਾਂ ਫੜ ਲੈਣ, ਅਤੇ ਨਾ ਹੀ ਕਿਸੇ ਦੀ ਇੰਨੀ ਹਿੰਮਤ ਸੀ, ਅਤੇ ਨਾ ਹੀ ਸਾਡੇ ਲੋਕ ਇੰਨੇ ਬੇਗੈਰਤੇ ਸੀ, ਉਹ ਤਾਂ ਹੱਥ ਵੱਢ ਕੇ ਘਰ ਲੈ ਜਾਣ, ਕਿਉਂਕਿ ਹੱਥ ਲਾ ਦੇ ਦਿੰਦਾ ਨਾ। ਤਾਂ
ਇਹ ਕੀ ਹੁੰਦਾ ਨਾ ਤਾਂ ਉਮਰ ਦਾ ਵੈਸੇ ਹੀ ਇੱਕ ਜਿਵੇਂ ਕਹਿੰਦਾ ਨਾ ਗੁਰਦਾਸ ਮਾਨ ਦਾ ਗਾਣਾ ਇਹ ਵੀ ਜਵਾਨੀ ਵੇਲੇ ਬੰਦਾ ਮੋਢਿਆਂ ਤੋਂ ਤੁਕਦਾ ਤਾਂ ਜਵਾਨੀ ਤਾਂ ਦੇਖੋ ਹਰ ਥਾਂ ਥੋੜ੍ਹੀ ਅੱਥਰੀ ਹੁੰਦੀ ਆ ਹੈ ਨਾ ਤੁਸੀਂ ਦਿੱਲੀ ਦੇਖ ਲਓ ਬੋਂਬੇ ਦੇਖ ਲਓ ਬਾਹਰਲੇ ਮੁਲਕਾਂ 'ਚ ਦੇਖ ਲਓ ਤਾਂ ਹਰ ਥਾਂ 'ਤੇ ਜਦੋਂ ਪੰਜ ਗੋਰਿਆਂ ਅੰਗਰੇਜ਼ਾਂ ਦੇ ਜਵਾਕ ਦੇਖ ਲਓ ਕਿਉਂ ਕਿਉਂ ਪੰਗੇ ਲੈਂਦੇ ਆ ਉਹ ਕੀ ਕੁਛ ਕਰਦੇ ਆ ਹੈ ਨਾ ਤਾਂ ਗੱਲ ਕੀ ਤੁਹਾਡੇ ਆਲੇ ਦੁਆਲੇ ਸੋਰਸ ਕੈਸੇ ਨੇ ਤੁਹਾਡੀ ਪਾਲਣਾ ਪੋਸ਼ਣਾ ਕੈਸੀ ਹੋਈ ਤੁਹਾਨੂੰ ਮਾਹੌਲ ਕਿਹੋ ਜਿਹਾ ਮਿਲ ਰਿਹਾ ਤਾਂ ਜਦੋਂ ਹੁਣ ਸਾਡੇ ਮੈਂ ਉਸ ਵੇਲੇ ਗੱਲ ਕਰਦਾ ਹੁੰਦਾ ਜੀ ਹਮੇਸ਼ਾ ਜਦੋਂ ਤੁਹਾਡੇ ਕੋਈ ਵੱਡੇ ਵਿਆਹ 'ਚ ਆ ਕੇ ਕੋਈ ਬਦਮਾਸ਼ ਜਾਂ ਗੁੰਡਾ ਮੂਹਰਲੇ ਸੋਫਿਆਂ 'ਤੇ ਆ ਕੇ ਬੈਠ ਰਿਹਾ ਨਾਲ ਉਹਦੇ ਦੋ ਅਸਲਿਆਂ ਵਾਲੇ ਬੰਦੇ ਨੇ ਤਾਂ ਸਾਡੇ ਜਿਹੜੇ ਯੰਗ ਨਿਆਣੇ ਨੇ ਉਹਨਾਂ 'ਤੇ ਪ੍ਰਭਾਵ ਪਏਗਾ ਵੀ ਬਾਈ ਜੀ ਤਾਂ ਬੜੀ ਚੜ੍ਹਾਈ ਆ ਹੈ ਨਾ ਤਾਂ ਉਹ ਚੀਜ਼ਾਂ ਦਾ ਨਾ ਦਿਮਾਗਾਂ 'ਤੇ ਅਸਰ ਸੀ ਤਾਂ ਹੀ ਉਹ ਨਾਲ ਜੁੜਦੇ ਆ ਉਹ ਨਾਲ ਜੁੜਦੇ ਵੀ ਤਾਂ ਸੀ ਜੁੜਦੇ ਵੀ ਤਾਂ ਸੀ ਤਾਂ ਫਿਰ ਉਹ ਮੰਡੀਰ ਦਾ ਰੂਪ ਧਾਰਨ ਕਰ ਲੈਂਦੇ ਸੀ ਹੈ ਨਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਅਸੀਂ ਵੀ ਉਹ ਜ਼ਿੰਦਗੀ 'ਚੋਂ ਨਿਕਲ ਕੇ ਆਏ ਹਾਂ ਤਾਂ ਮੇਰਾ ਵਨ ਲਾਈਨਰ ਇਹੀ ਸੀ ਵੀ ਯਾਰ ਯੂਥ ਨਾਲੋਂ ਯੂਥ ਪਾਵਰ ਨਾਲੋਂ ਤਾਂ ਵੱਡਾ ਹੀ ਕੁਛ ਨਹੀਂ ਤੁਸੀਂ ਕਿਸੇ ਤੋਂ ਪ੍ਰਭਾਵਿਤ ਕਿਉਂ ਹੁੰਦੇ ਹੋ ਵੀ ਮੈਂ ਫਲਾਨੇ ਵਰਗਾ ਬਣਨਾ ਹੈ ਨਾ ਕਿਤੇ ਨਾ ਕਿਤੇ ਅਸੀਂ ਭਗਤ ਸਿੰਘ ਦੀ ਡਾਲੋ ਜਿਹੜੀ ਗੱਲ ਵੀ ਹੋਈ ਆ ਫਿਲਮ 'ਚ ਠੀਕ ਆ ਤਾਂ ਸਾਡੇ ਗੁਰੂਆਂ ਪੀਰਾਂ ਦੀ ਗੱਲ ਵੀ ਹੋਈ ਆ ਤਾਂ ਜਿਵੇਂ ਜਿਵੇਂ ਫਿਲਮ ਕਲਾਈਮੈਕਸ ਵੱਲ ਨੂੰ ਵਧੂਗੀ ਤਾਂ ਹੌਲੀ 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 ਫਿਲਮ ਸਿਆਣੀ ਹੁੰਦੀ ਜਾਂਦੀ ਆ ਬਈ ਤੁਸੀਂ ਫਿਲਮ ਬਣਾਈ ਆ ਫਿਲਮ 'ਚ ਇੱਕ ਨੋਰਮਲ ਮੁੰਡਾ ਬਦਮਾਸ਼ ਕਿਵੇਂ ਬਣਦਾ ਦੇਖੋ ਮਾਹੌਲ ਦਾ ਅਸਰ ਆਮ ਘਰ ਦਾ ਬੰਦਾ ਜਿਹੜਾ ਪੜ੍ਹਨ ਆਇਆ ਕੁਛ ਸਾਲਾਂ ਦੇ ਬਾਅਦ ਕਾਲਜ ਦੇ ਪ੍ਰੋਟੋਕੋਲ ਕਾਲਜ 'ਚ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਆ ਗੁੰਡਾਗਰਦੀ ਵਾਲੇ ਪਾਸੇ ਪੈ ਜਾਣਾ ਉਹ ਫਿਰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਕੋਈ ਇੱਕ ਐਸਾ ਇਨਸਾਨ ਜਿਹੜਾ ਬਾਅਦ 'ਚ ਬਦਮਾਸ਼ ਬਣ ਜਾਂਦਾ ਜਿਹੜਾ ਕਹਿੰਦਾ ਕਿ ਮੈਨੂੰ ਕਿਸੇ ਦਾ ਡਰ ਨਹੀਂ ਡੱਬ 'ਚ ਅਸਲਾ ਆ ਹੱਥ 'ਚ ਅੱਖਾਂ 'ਚ ਖੌਫ ਆ ਚਿਹਰੇ 'ਚ ਗੁੱਸਾ ਆ ਅਤੇ ਬੰਦਾ ਕਹਿੰਦਾ ਯਾਰ ਤੂੰ ਹੀ ਆ ਮੈਂ ਅਸਲ ਬਦਮਾਸ਼ ਇਨਸਾਨ ਬਣਦਾ ਕਦੋਂ ਹੈ ਅਸਲ 'ਚ ਦੇਖੋ ਗੁਰਬਾਣੀ ਦਾ ਵਾਕ ਆ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਨਸਾਨ ਉਹ ਤੋਂ ਬਚਿਆ ਉਹ ਤੋਂ ਬਚਿਆ ਨਹੀਂਗਾ ਕੋਈ ਵੀ ਨਹੀਂ ਬਚ ਸਕਦਾ ਤਾਂ ਕਿਤੇ ਨਾ ਕਿਤੇ ਤੁਸੀਂ ਯੰਗ ਹੋ ਤੁਸੀਂ ਤਕੜੇ ਹੋ ਸਰੀਰਕ ਤੌਰ 'ਤੇ ਤਾਂ ਦੇਖਾ ਦੇਖੀ ਮੈਂ ਜਿਹੜੀ ਪਹਿਲਾਂ ਗੱਲ ਕਹੀ ਤਾਂ ਨਾ ਇਨਸਾਨ ਜਦੋਂ ਦੇਖਦਾ ਨਾ ਤਾਂ ਉਹਨੂੰ ਚਾਰ ਬੰਦੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਗੋਡੀਆਂ ਥਲਾ ਰਹੇ ਆ ਬਾਈ ਬਾਈ ਹੋ ਰਹੀ ਆ ਤਾਂ ਬਹੁਤ ਲੋਕਾਂ ਦੇ ਅੰਦਰ ਇਹ ਭੁੱਖ ਹੁੰਦੀ ਹੈ ਜਿਵੇਂ ਜਦੋਂ ਸਟਾਰ ਕਾਸਟ 'ਚ ਆਉਂਦੀ ਆ ਤਾਂ ਆਪਣੀ ਫੋਟੋ ਖਿਚਾਉਣੀ ਆ ਮੈਂ ਸੋਸ਼ਲ ਮੀਡੀਆ 'ਤੇ ਪਾਉਣੀ ਆ ਹੁਣ ਹੋਰ ਦੌਰ ਆ ਤਾਂ ਇਹ ਦੌਰ ਸੀਗਾ ਉਦੋਂ ਤਾਂ ਉਹ ਉਹਨੂੰ ਐਂ ਲੱਗਦਾ ਵੀ ਯਾਰ ਇਹ ਕੁੜੀ ਮੇਰੇ ਨਾਲ ਅਟਰੈਕਟ ਤਾਂ ਹੋਊਗੀ ਜੇ ਮੇਰੀ ਮੁੰਡਿਆਂ 'ਤੇ ਧੌਂਸ ਹੋਊਗੀ ਹੈ ਨਾ ਤਾਂ ਕੋਈ ਵੀ ਖਿੱਤਾ ਸਾਡੇ ਤਾਂ ਕਾਲਜਾਂ ਦੀ ਗੱਲ ਆ ਤਾਂ ਜਿੱਥੇ ਬਹੁਤ ਅਨਪੜ੍ਹਤਾ ਰਹੀ ਹੈ ਯੂਪੀ ਬਿਹਾਰ ਸਾਰੇ ਤਾਂ ਉੱਥੇ ਕਾਲਜ ਨਹੀਂ ਸੀ ਪਰ ਉੱਥੇ ਵੀ ਮੁਹੱਲਿਆਂ ਦੇ ਹੈ ਨਾ ਦਾਦਾ ਨੇ ਬੌਸ ਨੇ ਤਾਂ ਉਹ ਫਿਲਮਾਂ ਵੀ ਬਣੀਆਂ ਹੈ ਨਾ ਤਾਂ ਮੈਨੂੰ ਯਾਦ ਆ ਜਦੋਂ ਵਾਸਤਵ ਆਈ ਆ ਤਾਂ ਉਹ ਸੰਜੇ ਦੱਤ ਹੋਣਾ ਤਾਂ ਉਹ ਸੰਜੇ ਦੱਤ ਨੂੰ ਦੇਖ ਕੇ ਲੋਕਾਂ ਨੇ ਪਹਿਲਾਂ ਸੜਕ ਦੇਖ ਕੇ ਵਾਲ ਵਧਾਏ ਤੁਹਾਡੇ ਤੋਂ ਪਿਛਲੀ ਪੀੜ੍ਹੀ ਦੀ ਕਹਾਣੀ ਆਏ ਤਾਂ ਪੀ ਕੇ ਫੈਂਸੀਆਂ ਕਈਆਂ ਨੇ ਚਿੱਟੇ ਕੁੜਤੇ ਪਜਾਮੇ ਅਤੇ ਉਹ ਐਡੇ ਐਡੇ ਕਾਪੇ ਜਾਂਦੇ ਕਾਪੇ ਬੋਲ ਦਿੰਦੇ ਉਹਨੂੰ ਦਾਹ ਨੂੰ ਤਾਂ ਉਹ ਟੰਗੇ ਹੋਣੇ ਤਾਂ ਉਹਨਾਂ ਨੂੰ ਐਂ ਹੁੰਦਾ ਸੀ ਬਸ ਅੱਜ ਮਿਲ ਜੇ ਕੋਈ ਅਤੇ ਉਹ ਅਗਲਾ ਹੁੰਦਾ ਹੱਸੀ ਦੀ ਲੰਘ ਜਾਂਦਾ ਸੀ ਪਰ ਉਹ ਹੁੰਦਾ ਕੀ ਸੀ ਜੇ 500 ਦੀ ਸਟਰੈਂਥ ਆ ਕਾਲਜ ਤਾਂ 5-7 ਹੀ ਸੀ ਇਹ ਨਹੀਂ ਸੀ 500 ਹੀ ਆ ਤਾਂ ਉਹ ਬਸ ਸਾਰੇ ਰੰਗ ਸਮਾਜ 'ਚ ਰਹਿੰਦੇ ਆ ਹਮੇਸ਼ਾ ਹੀ ਹੈਪੀ ਬਈ ਅੱਜ ਦੇ ਦੌਰ 'ਚ 2024 ਆ ਇਹ ਅਸੀਂ ਸਮਾਜ ਨੂੰ ਸਧਾਰਨ 'ਤੇ ਯੋਗਦਾਨ ਆਪਣਾ ਪੂਰਾ ਦੇ ਰਹੇ ਹਾਂ
ਸਾਡਾ ਫਰਜ਼ ਬਣਦਾ ਬੀਂਗ ਪੰਜਾਬ ਬੀਂਗ ਪੰਜਾਬੀ ਹੋਣ 'ਤੇ ਕਿ ਅਸੀਂ ਪਿੱਛੇ ਜੋ ਪੰਜਾਬ 'ਚ ਵਾਰਦਾਤਾਂ ਹੋਈਆਂ ਪਿੱਛੇ ਜੋ ਵੀ ਚੀਜ਼ਾਂ ਹੋਈਆਂ ਖਾਸ ਕਰ ਤੁਸੀਂ ਸਾਰੇ ਮੁੱਦਿਆਂ ਨੂੰ ਚੱਕ ਲਓ। ਤੁਹਾਨੂੰ ਲੱਗਦਾ ਕਿ ਅੱਜ ਦੇ ਦੌਰ ਵਿੱਚ ਪੁਰਾਣੇ ਮੁੱਦਿਆਂ ਨੂੰ ਚੱਕ ਕੇ ਮਾਰ ਕਟਾਈ ਗੁੰਡਾਗਰਦੀ ਦਿਖਾ ਕੇ ਅੱਜ ਦੇ ਯੂਥ ਨੂੰ ਜਿਹੜੇ ਨੋਰਮਲ ਜਿਹੜੇ ਲੋਕ ਤਰੀਕੇ ਲੱਭਦੇ ਆ ਮਾਰਨੇ ਦੇ ਕੁੱਟਣੇ ਦੇ ਗੁੱਸਾ ਕਰਨੇ ਦੇ ਇਹ ਫਿਲਮਾਂ ਉਹਨਾਂ ਨੂੰ ਹੋਰ ਜ਼ਿਆਦਾ ਉਹ ਕਰਦੀਆਂ ਨੇ ਲਾਲਚ ਮਤਲਬ ਕਿ ਉਹਨਾਂ ਨੂੰ ਮੋਹ ਕਰਦੀਆਂ ਨੇ ਕਿ ਬਈ ਉਹ ਆਈਡੀਏ ਲੈਂਦੇ ਨੇ ਲੈ ਵੀ ਇੱਦਾਂ ਵੀ ਮਾਰ ਸਕਦੇ ਹਾਂ ਅਸੀਂ ਇੱਦਾਂ ਵੀ ਧੌਂਸ ਜਮਾ ਸਕਦੇ ਹਾਂ। ਅਸਲ ਤੁਹਾਨੂੰ ਲੱਗਦਾ ਕਿ ਅੱਜ ਦੀ ਅੱਜ ਜਿੱਦਾਂ ਦੀ ਤੁਸੀਂ ਫਿਲਮ ਬਣਾਈ ਆ ਇਹ ਕਿਤੇ ਨਾ ਕਿਤੇ ਪੰਜਾਬ ਦੇ ਯੂਥ 'ਤੇ ਵੀ ਅਸਰ ਪਾਊਗੀ। ਅਸਲ 'ਚ ਨਾ ਅਸਾਂ ਵੀਰੇ ਹੋਕੀਆਂ ਡੰਡੇ ਅਤੇ ਪਾਥੀਆਂ ਦੀ ਲੜਾਈ ਤਾਂ ਰਹਿ ਨਹੀਂ ਗਈ। ਹੁਣ ਤਾਂ ਲੋਕ ਵੱਡੇ ਵੱਡੇ ਵੈਪਨ ਗੱਡੀਆਂ 'ਚ ਰੱਖੀ ਫਿਰਦੇ ਨੇ ਡੱਬਾਂ 'ਚ ਪਿਸਟਲ ਰਿਵਾਲਵਰ ਨੇ ਤਾਂ ਸਾਡੀ ਫਿਲਮ ਤਾਂ ਉਹ ਦੌਰ ਦੀ ਆ ਜਦੋਂ ਹੋਕੀਆਂ ਇਕੱਠੀਆਂ ਕਰ ਲੈਣੀਆਂ ਵਿਗਾਣਾ ਹੋਕੀਆਂ ਮੰਗਾਈਆਂ ਨੇ ਜਲੰਧਰੋਂ ਤਾਂ ਉਹ ਪਿਛਲੀ ਪੀੜ੍ਹੀ ਦੀ ਗੱਲ ਹੈ। ਤਾਂ ਅੱਜ ਤਾਂ ਹੋਕੀਆਂ ਦੀ ਲੜਾਈ ਨਹੀਂ ਰਹਿ ਗਈ। ਮੈਨੂੰ ਨਹੀਂ ਲੱਗਦਾ ਰੋਡੇ ਕੋਲ ਜੇ ਦੇਖ ਕੇ ਕੋਈ ਹੋਕੀਆਂ ਚੱਕੂਗਾ ਹੈ ਨਾ। ਤਾਂ ਜਿਵੇਂ ਤੁਸੀਂ ਕਿਹਾ ਵੀ ਪਿੱਛੇ ਵਾਰਦਾਤਾਂ ਹੋਈਆਂ ਘਟਨਾਵਾਂ ਹੋਈਆਂ ਇੰਨੀਆਂ ਰਾਜਨੀਤਿਕ ਤੌਰ 'ਤੇ ਸਾਰਾ ਕੁਝ ਹੁੰਦਾ ਰਿਹਾ ਤਾਂ ਫਿਲਮਾਂ ਅਸਲ ਜ਼ਿੰਦਗੀ ਦੀ ਤਸਵੀਰ ਨੇ। ਤਾਂ ਤੁਸੀਂ ਅਗਰ ਇੱਕ ਇਹ ਸੁਣ ਰਹੇ ਹੋ ਹਾਕੀਆਂ ਮੰਗਾਈਆਂ ਨੇ ਜਲੰਧਰੋਂ ਤਾਂ ਉਹਦੇ 'ਚ ਇਹ ਵੀ ਆ ਵੀ ਜ਼ਿੰਦਾ ਹੈ ਤਾਂ ਦੇਖਣਾ ਜ਼ਰੂਰੀ ਮੋਟੀਵੇਸ਼ਨਲ ਸੌਂਗ ਆ ਵੀ ਯੂਥ ਇਕੱਠਾ ਹੋ ਰਿਹਾ ਬੁਰਾਈ ਦੇ ਖਿਲਾਫ ਲੜ ਰਿਹਾ। ਬਈ ਅਗਰ ਫਿਲਮ ਅਸਲ ਜ਼ਿੰਦਗੀ ਦੀ ਤਸਵੀਰ ਨੇ ਅਸੀਂ ਉਹ ਤਸਵੀਰਾਂ ਦਿਖਾਉਣੀਆਂ ਹੀ ਕਿਉਂ ਨੇ ਜਿਹੜਾ ਅੱਜ ਦਾ ਦੌਰ ਖਰਾਬ ਕਰਨ? ਨਹੀਂ ਮੈਂ ਦੱਸਦਾ ਜੀ ਦੇਖੋ ਅਸੀਂ ਰਮਾਇਣ ਦੇਖਦੇ ਹਾਂ ਠੀਕ ਆ। ਅਗਰ ਰਾਵਣ ਨਹੀਂ ਦਿਖਾਵਾਂਗੇ ਤਾਂ ਰਮਾਇਣ ਕਿਵੇਂ ਬਣੇਗੀ? ਰਮਾਇਣ ਅਤੇ ਫਿਲਮ 'ਚ ਫਰਕ ਆ ਬਈ? ਨਹੀਂ ਮੈਂ ਦੱਸਦਾ ਤੁਹਾਨੂੰ ਨਹੀਂ ਫਰਕ ਠੀਕ ਆ। ਤਾਂ ਵੈਸੇ ਤਾਂ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਫਿਲਮ ਦੇਗੀ ਕਿਉਂ ਕਾਹਤੋਂ ਅਤੇ ਕਿਵੇਂ। ਪਰ ਨਾ ਜਿੱਦਾਂ ਮੰਡੀਆਂ ਦਾ ਸਾਡਾ ਯੂਥ ਹੈ ਪੰਜਾਬ ਦਾ ਤਾਂ ਤੁਸੀਂ ਉਹਨਾਂ ਨੂੰ ਅਗਰ ਕੋਈ ਸਿਆਣੀ ਗੱਲ ਕਹਿਣੀ ਆ ਕੋਈ ਗਿਆਨ ਦੀ ਗੱਲ ਕਰਨੀ ਆ ਤਾਂ ਬੰਦੇ ਨੂੰ ਜੇ ਤੁਸੀਂ ਟ੍ਰੇਲਰ 'ਚ ਉਹ ਚੀਜ਼ਾਂ ਪਾਓਗੇ ਠੀਕ ਆ ਤਾਂ ਬੰਦਾ ਕਹਿੰਦਾ ਯਾਰ ਮੈਂ ਲਾਇਬ੍ਰੇਰੀ ਉੱਠ ਜੂ। ਤਾਂ ਨਵਾਂ ਯੂਥ ਅਗਲਾ ਕਹਿੰਦਾ ਯਾਰ ਘਰ ਮਾਂ ਪਿਓ ਵੀ ਪਾਠ ਪੜ੍ਹਾਉਂਦੇ ਰਹਿੰਦੇ ਆ ਔਰ ਤੁਸੀਂ ਲੱਗ ਪਏ ਹੁਣ ਤੁਸੀਂ ਸਿਨੇਮੇ ਨਹੀਂ ਜਾਣਗੇ ਠੀਕ ਆ। ਅਗਰ ਬੀਟ 'ਤੇ ਕੋਈ ਗਾਣਾ ਚੱਲ ਰਿਹਾ ਚੱਕਮਾ ਤਾਂ ਬੰਦਾ ਉਹ ਖਰੀਦ ਕੇ ਟਿਕਟ ਖਰੀਦਦਾ ਉਹਨੂੰ ਮਜ਼ਾ ਆਉਂਦਾ ਵੀ ਚਾਰ ਦੋਸਤ ਚੱਲ ਕੇ ਰਲਦੇ ਆ। ਤਾਂ ਜਦੋਂ ਜਾ ਕੇ ਸਿਨੇਮੇ ਬੈਠ ਗਏ ਤਾਂ ਫਿਰ ਅਗਰ ਸਿਆਣਾ ਮੇਕਰ ਆ ਚੰਗੀ ਫਿਲਮ ਬਣੀ ਆ ਫਿਰ ਉਹਨਾਂ ਦੀ ਗੁੱਟ ਫੜ ਲਏਗੀ ਫਿਰ ਉਹ ਉਹਨੂੰ ਵਰਲਡ 'ਚ ਲੈ ਜਾਏਗੀ ਤਾਂ ਫਿਰ ਉਹ ਪ੍ਰੋਪਰ ਉਹ ਜ਼ਿੰਦਗੀ ਦੇ ਰਿਜ਼ਲਟ ਕੀ ਨਿਕਲੇ ਤਾਂ ਉਹ ਦੌਰ ਕੈਸਾ ਸੀ ਜ਼ਿੰਦਗੀ ਬਰਬਾਦ ਕਿਹਦੀ ਹੋਈ ਉਹਦੇ ਖਮਿਆਜ਼ਾ ਕਿਹਨੇ ਭੁਗਤਿਆ। ਤਾਂ ਮੈਨੂੰ ਇਹ ਲੱਗਦਾ ਵੀ ਬਹੁਤ ਫਿਲਮਾਂ 'ਚੋਂ ਗੱਲਾਂ ਮਿਸ ਹੋ ਜਾਂਦੀਆਂ ਨੇ ਤਾਂ ਸਾਡੀ ਫਿਲਮ 'ਚੋਂ ਗੱਲਾਂ ਮਿਸ ਨਹੀਂ ਗਈਆਂ। ਅਸੀਂ ਭਗਤ ਸਿੰਘ ਦੀ ਜਿਹੜੇ ਆਲੋਚਨਾ ਦੀ ਗੱਲ ਕੀਤੀ ਤਾਂ ਲੋਕ ਕਹਿੰਦੇ ਭਗਤ ਸਿੰਘ ਨੇ ਹਥਿਆਰਾਂ ਨਾਲ ਡਰਾ ਕੇ ਵਾਇਲੈਂਟ ਹੋ ਕੇ ਆਜ਼ਾਦੀ 'ਚ ਯੋਗਦਾਨ ਪਾਇਆ ਪਰ ਉਹ ਘਟਨਾਵਾਂ ਇੱਕ ਦੋ ਨੇ ਜਿਵੇਂ ਆਪਾਂ ਕਾਲਜ ਦੀ ਗੱਲ ਕੀਤੀ। ਬਾਕੀ 98% ਜਿਹੜਾ ਉਹਦਾ ਯੋਗਦਾਨ ਆ ਉਹਨੇ ਕਿੰਨੀਆਂ ਬੁੱਕਸ ਲਿਖੀਆਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਉਹ ਸਾਰੀ ਗੱਲ ਫਿਲਮ ਕਰਦੀ। ਬਾਈ ਮੈਂ ਸਮਝ ਗਿਆ ਮੈਨੂੰ ਐਂ ਲੱਗਦਾ ਕਿ ਜਿਹੜਾ ਅੱਜ ਦੇ ਪੰਜਾਬ ਦੇ ਕੁਛ ਟਿਪੀਕਲ ਪਿੰਡ ਇਨਫੈਕਟ ਸ਼ਹਿਰ ਵੀ ਇਨਕਲੂਡ ਹੋ ਚੁੱਕੇ ਆ ਹੁਣ ਤਾਂ ਵੀ ਲੋਕ ਕਹਿੰਦੇ ਆ ਕਿ ਯਾਰ ਇੱਥੇ ਕੋਈ ਨਹੀਂ ਪਤਾ ਕਦੋਂ ਕਿਹੜਾ ਬੰਦਾ ਆ ਕੇ ਸਾਡੇ ਮੱਥੇ 'ਤੇ ਬੰਦੂਕ ਰੱਖ ਦੇਵੇ ਸਾਡਾ ਕੋਈ ਨਹੀਂ ਪਤਾ ਕਦੋਂ ਕਿਹੜਾ ਬੰਦਾ ਆ ਕੇ ਸਾਡਾ ਲੁੱਟ ਖੋਹ ਕਰ ਲਵੇ ਹੈ ਨਾ। ਇਹ ਬੇਸਿਕਲੀ ਮੈਂ ਤੁਹਾਡੇ ਅੱਗੇ ਇਸ ਗੱਲ ਦਾ ਜ਼ਿਕਰ ਤਾਂ ਕਰ ਰਿਹਾ ਕਿਉਂਕਿ ਬਦਮਾਸ਼ੀ ਇਹਨੂੰ ਹੀ ਕਹਿੰਦੇ ਆ ਬਦਮਾਸ਼ੀ ਰੋਬ ਤੁਹਾਡੇ ਅੰਦਰ ਖੌਫ ਨਾ ਹੋਣਾ ਕਿਸੇ ਚੀਜ਼ ਦਾ ਇਹ ਇਹੀ ਆਪਾਂ ਕਹਿੰਦੇ ਹਾਂ ਹੈ ਨਾ। ਇੱਕ ਪਾਸੇ ਸਾਡਾ ਸਿਨੇਮਾ ਅਸੀਂ
ਇੱਦਾਂ ਦੀਆਂ ਚੀਜ਼ਾਂ ਬਣਾ ਰਹੇ ਹਾਂ। ਬੇਸ਼ੱਕ ਅਖੀਰ ਵਿੱਚ ਜਾ ਕੇ ਮੈਸੇਜ ਆ, ਅਸੀਂ ਉਹ ਮੈਸੇਜ ਨੂੰ ਟ੍ਰੇਲਰ 'ਚ ਨਹੀਂ ਦਿਖਾਉਂਦੇ, ਨਹੀਂ ਦਿਖਾਉਂਦੇ, ਨਹੀਂ ਦਿਖਾਉਂਦੇ ਕਿ ਬਈ ਜੇ ਤੁਸੀਂ ਗੋਲੀਆਂ ਬੰਦੂਕਾਂ ਦੇਖ ਰਹੇ ਹੋ। ਬਟ ਸਾਹਿਲ ਆਪਣੇ 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 ਥੋੜ੍ਹਾ ਉਲਟਾ, ਹਾਂ ਸਾਡੇ ਜੋ ਟ੍ਰੇਲਰ ਸ਼ੁਰੂ ਹੁੰਦਾ ਤਾਂ ਪਹਿਲਾ ਡਾਇਲੋਗ ਹੈ ਕਿ ਅਗਰੈਸ਼ਨ 'ਚ ਯੂਥ ਬੋਲ ਰਿਹਾ, ਠੀਕ ਆ, ਯੂਥ ਦੇ ਨਾਂ 'ਤੇ ਗੁੰਡਾਗਰਦੀ ਜ਼ਿੰਦਾਬਾਦ, ਠੀਕ ਆ, ਫਿਰ ਗੈਂਗਸਟਰ ਕਿਹੜੀ ਕੁੱਖੋਂ ਜੰਮਦੇ, ਮੰਗਦਾ ਅੱਜ ਯੂਥ ਜਵਾਬ। ਫਿਰ ਉਹ ਕੁੜੀ ਕਹਿੰਦੀ ਸਾਡੇ ਮੁੰਡੇ ਲਾਸ਼ਾਂ ਬਣ ਗਏ, ਤੁਹਾਡੇ ਮੁੰਡੇ ਬਣਨ ਨਵਾਬ। ਟ੍ਰੇਲਰ ਸ਼ੁਰੂ ਹੋਣ 'ਚਾਰ ਪਹਿਲਾਂ ਚਾਰ ਕੁਐਸਚਨ ਕੀਤੇ ਗਏ ਸਿਸਟਮ ਨੂੰ, ਤਾਂ ਜਦੋਂ ਉਹ ਸਟਾਰਟਿੰਗ 'ਤੇ ਅਸੀਂ ਤਾਂ ਬਾਂਹ ਫੜ ਲਈ ਵੀ ਅਸੀਂ ਕੋਈ ਗੱਲ ਕਰਨ ਜਾ ਰਹੇ ਹਾਂ। ਫਿਰ ਉਹਦੇ ਵਿੱਚ ਐਂਟਰਟੇਨ ਹੈ, ਦੋਸਤ ਆ, ਸਹੇਲੀ ਆ ਉਹਦੀ, ਉਹਦੇ ਨਾਲ ਫਲਰਟ ਕਰ ਰਿਹਾ, ਫਿਰ ਉਹ 90 ਦੇਖ ਰਿਹਾ, ਰੋਮਾਂਸ ਦੇਖ ਰਿਹਾ, ਫਿਰ ਉਹ ਇੱਕ ਕੰਫਲਿਕਟ ਦੇਖ ਰਿਹਾ ਪੋਲੀਟੀਸ਼ੀਅਨਸ ਨਾਲ, ਤਾਂ ਫਿਰ ਐਂਡ 'ਤੇ ਫਾਈਟ ਦਿਖ ਰਹੀ ਹੈ। ਤਾਂ ਲਾਸਟ 'ਤੇ ਸਾਰਾ ਕੁਛ ਹੋਣ ਤੋਂ ਬਾਅਦ ਉਹ ਕਹਿੰਦੇ ਯਾਰ ਬੜੀਆਂ ਵੱਡੀਆਂ ਗੱਲਾਂ ਨਹੀਂ ਹੋ ਜਾਂਦੀਆਂ, ਤਾਂ ਨੋਨ ਸੀਰੀਅਸ ਲੋਕ ਵੀ ਦਿਖਾਏ ਨੇ ਵੀ ਯਾਰ ਯੂਥ ਤਾਂ ਇੱਦਾਂ ਨਹੀਂ ਹੁੰਦਾ, ਅਸੀਂ ਪੰਜ ਬੰਦੇ ਬੈਠੇ ਅਸੀਂ ਇੱਕੋ ਜਿਹੇ ਨਹੀਂ ਗਏ, ਇੱਕ ਬਹੁਤ ਸਿਆਣਾ ਹੋਏਗਾ, ਇੱਕ ਥੋੜ੍ਹਾ ਚੱਕਵਾਂ ਹੋਏਗਾ, ਇੱਕ ਹੋਰ ਤਰੀਕੇ ਦਾ ਹੋਏਗਾ। ਤਾਂ ਸਾਡੀ ਫਿਲਮ ਦੇ ਸਾਰੇ ਕਿਰਦਾਰ ਇੱਦਾਂ ਹੀ ਨੇ, ਅਸਲ ਜ਼ਿੰਦਗੀ ਦੀ ਨਕਲ ਹੈ। ਤੁਹਾਨੂੰ ਐਂ ਲੱਗੂਗਾ ਵੀ ਮੈਂ ਉੱਥੇ ਚਲਾ ਗਿਆ, ਉਸ ਵਰਲਡ 'ਚ ਚਲਾ ਗਿਆ। ਜਦੋਂ 90 ਸ਼ੁਰੂ ਹੋਏਗਾ ਤਾਂ ਤੁਹਾਨੂੰ ਲੱਗੂ ਮੈਂ 1990 ਚਲਾ ਗਿਆ, ਜਦੋਂ ਵਾਪਸ ਆਊਂਗੇ ਤਾਂ ਇੱਕਦਮ ਤੁਹਾਨੂੰ ਝਟਕਾ ਲੱਗੂ, ਅੱਛਾ ਯਾਰ ਆਪਾਂ ਫਿਰ 11 'ਚ ਆ ਗਏ। ਤਾਂ ਸਕਰੀਨ ਪਲੇ ਦੀ ਉਹ ਪਕੜ ਹੈ ਫਿਲਮ ਮੇਕਿੰਗ 'ਤੇ, ਉੱਤੇ ਅਸੀਂ ਜ਼ੋਰ ਦਿੱਤਾ। ਤਾਂ ਮੈਨੂੰ ਲੱਗਦਾ ਵੀ ਅਗਰ ਟ੍ਰੇਲਰ 'ਚ ਮੇਰੇ ਉਹ ਸਟਾਰਟ ਹੋਣ ਸ਼ੁਰੂ ਹੋਣ ਸਾਰੀ ਉਹ 3-4 ਨਾਰੇ ਉਹ ਸੰਵਾਦ ਨਾ ਹੁੰਦਾ ਤਾਂ ਫਿਰ ਤੁਹਾਡੇ ਸਵਾਲ ਨੇ ਮੈਨੂੰ ਘੇਰਨਾ ਸੀ। ਤਾਂ ਮੇਰਾ ਟ੍ਰੇਲਰ ਤਾਂ ਪਹਿਲਾਂ ਹੀ ਉਹਦਾ ਜਵਾਬ ਦੇ ਰਿਹਾ ਆਲਰੇਡੀ। ਔਰ ਜਦੋਂ ਟੀਜ਼ਰ ਆਇਆ, ਟੀਜ਼ਰ 'ਚ ਸਿੱਧਾ ਡਾਇਲੋਗ, ਉਹ ਕਹਿੰਦਾ ਵੀ ਕਦੋਂ ਤੱਕ ਆਪਾਂ ਪੰਜਾਬ ਦੇ ਯੂਥ ਦਾ ਬੇੜਾ ਗਰਕ ਹੁੰਦਾ ਦੇਖੀ ਚੱਲਾਂਗੇ। ਦੂਜਾ ਡਾਇਲੋਗ ਆ, ਉਹ ਕਹਿੰਦਾ ਪੜ੍ਹੇ ਹੋਏ ਰਾਜਨੀਤੀ ਤੁਹਾਡੇ ਵਾਸ ਦਾ ਕੰਮ ਨਹੀਂ, ਇਹ ਪੀੜ੍ਹੀ ਦਰ ਪੀੜ੍ਹੀ ਸਾਡੇ ਹੀ ਸਹੀ ਆਈ ਆ। ਹੁਣ ਲੱਗਦਾ ਪੰਜਾਬ ਬਦਲਿਆ, ਪੰਜਾਬ ਦੇ ਹਾਲਾਤ ਬਦਲੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ? ਬਦਲੇ, ਕੀ ਬਦਲੇ? ਕਾਫੀ ਬਦਲੇ ਆ। ਦੇਖੋ ਜਿਵੇਂ ਜਿਵੇਂ ਬਦਮਾਸ਼ੀ ਕਰਨ ਦੇ ਤਰੀਕੇ ਬਦਲੇ ਆ, ਕਿਉਂਕਿ ਅੱਜ ਦੇ ਲੋਕ ਬੱਸਾਂ ਗੇਟ ਨਹੀਂ ਲੈ ਕੇ ਖੜੇ ਹੁੰਦੇ। ਦੇਖੋ ਉਹ ਤਾਂ ਪਤਾ ਕੀ ਆ, ਉਹ ਤਾਂ ਵਹੀਕਲਸ ਬਹੁਤ ਆ ਗਏ, ਹਰ ਘਰ 'ਚ ਤਾਂ 2-3 ਗੱਡੀਆਂ ਨੇ, ਦਿਹਾੜੀਦਾਰ ਬੰਦੇ ਕੋਲ ਵੀ ਮੋਟਰਸਾਈਕਲ ਆ, ਠੀਕ ਹੈ ਨਾ। ਲੋਨ ਦੀਆਂ, ਫਾਈਨਾਂਸ ਦੀਆਂ ਸਕੀਮਾਂ ਆਈਆਂ, ਤਾਂ ਨਰਸਿਮਾ ਰਾਓ ਸਰਕਾਰ ਤੋਂ ਵੇਲੇ ਤੋਂ ਲੈ ਕੇ ਜਦੋਂ ਤਾਂ ਉਹ ਗਲੋਬਲਾਈਜੇਸ਼ਨ ਹੋਈ ਆ, ਤਾਂ ਉਹ ਚੀਜ਼ਾਂ ਤਾਂ ਚੇਂਜ ਆਉਣਾ ਹੀ ਸੀ, ਕਿਉਂਕਿ ਸਮਾਜ ਦੇ ਜੰਗਲਾਂ 'ਚੋਂ ਨਿਕਲ ਕੇ ਆਏ ਹਾਂ ਅਸੀਂ, ਤਾਂ ਜਿਹੜਾ ਵਿਕਾਸ ਉਹ ਪ੍ਰਕਿਰਤੀ ਦਾ ਨਿਯਮਾਂ, ਤਾਂ ਜਿਵੇਂ ਸਾਲ ਬਾਏ ਸਾਲ ਹੁੰਦਾ ਜਾਏਗਾ ਚੀਜ਼ਾਂ ਬਦਲਣਗੀਆਂ। ਪਰ ਮੇਰੇ ਹਿਸਾਬ ਨਾਲ ਪੰਜਾਬ ਸੱਚੀ ਬਦਲਿਆ, ਮੈਨੂੰ ਐਂ ਲੱਗਦਾ ਵੀ। ਦੇਖੋ ਤੁਸੀਂ ਆਲੋਚਨਾ ਕਰਨੀ ਆ, ਤਵਾ ਲਾਉਣਾ ਜਿੰਨਾ ਮਰਜ਼ੀ ਲਾ ਲਓ, ਸਰਕਾਰਾਂ ਨੂੰ ਦੋਸ਼ ਦੇਣਾ ਜਿੰਨੇ ਮਰਜ਼ੀ ਦੇ ਲਓ, ਤਾਂ ਪਰ ਅੱਜ ਦਾ ਯੂਥ ਉਹਨੂੰ ਫਿਕਰ ਆ ਵੀ ਮੈਂ ਪੜ੍ਹ ਲਿਖ ਕੇ ਆ ਕਰਨਾ ਜਾਂ ਮੈਂ ਬਾਹਰ ਜਾਣਾ, ਠੀਕ ਆ। ਹਾਲਾਂਕਿ ਅਸੀਂ ਨਹੀਂ ਚਾਹੁੰਦੇ ਕਿ ਯੂਥ ਬਾਹਰ ਜਾਵੇ, ਕਿਉਂਕਿ ਦੇਖੋ 20-22 ਸਾਲ ਦੇ ਜਵਾਕ ਨੇ ਦੇਖਿਆ ਤਾਂ ਕੁਛ ਹੈ ਨਹੀਂ, ਨਾ ਤਾਂ ਕਿਤੇ ਟਰਾਈ ਕੀਤਾ, ਨਾ ਕਿਤੇ ਨੌਕਰੀ ਨੂੰ ਟਰਾਈ ਕੀਤਾ ਉਹਨੇ, ਨਾ ਕੋਈ ਉਹਨੇ ਕਾਰੋਬਾਰ ਕਰਕੇ ਦੇਖਿਆ, ਤਾਂ ਉਹ ਤਾਂ ਦੇਖਾ ਦੇਖੀ ਗਿਆ ਮੈਂ ਚੱਲਿਆ ਬਸ। ਹੈਪੀ ਦੀ ਜ਼ਿੰਦਗੀ 'ਚ ਆਪਦੀ 'ਚ ਬੜਾ ਵੱਡਾ ਰੋਲ ਰਿਹਾ ਇਲੈਕਸ਼ਨਾਂ ਦਾ, ਵੱਡੇ ਵੱਡੇ ਲੀਡਰਾਂ ਨਾਲ ਯਾਰੀ ਦੋਸਤੀ ਆ, ਚੰਗਾ ਉੱਠਣਾ ਬੈਠਣਾ ਵੀ ਹੁੰਦਾ ਹੋਣਾ ਔਫ ਸਕਰੀਨ, ਜਿਸ ਤਰ੍ਹਾਂ ਮੈਂ ਓਬਜ਼ਰਵ ਕਰ ਪਾਉਂਦਾ। ਬਈ ਲੀਡਰ ਦਾ ਵੀ ਸਾਥ ਰਿਹਾ ਇਸ ਫਿਲਮ 'ਚ, ਕਿਤੇ ਕੋਈ ਕਿਸੇ ਲੀਡਰ ਨੇ ਹੱਲਾਸ਼ੇਰੀ ਦਿੱਤੀ ਹੋਵੇ, ਕਿਸੇ ਲੀਡਰ ਨੇ ਕਿਹਾ ਹੋਵੇ ਕਿ ਹੈਪੀ ਤੂੰ ਫਿਲਮ ਵਧੀਆ ਬਣਾ ਰਿਹਾ, ਇਹਦੇ 'ਚ ਇਹ ਚੀਜ਼ ਪਾ,
ਜਾਂ ਕਿਸੇ ਦਾ ਕਿਸੇ ਨੇ ਕੋਈ ਆਪਣੀ ਸਲਾਹ ਸੁਝਾਅ ਦਿੱਤਾ ਹੋਣਾ ਜਾਂ ਕਿਸੇ ਨਾਲ ਪ੍ਰੇਮ ਪਿਆਰ ਹੋਵੇ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਇਹ ਫਿਲਮ ਕਿਉਂਕਿ ਲੀਡਰਾਂ ਵਰਗੀ ਹੀ ਫਿਲਮ ਆ, ਇਹ 'ਚ ਲੀਡਰ ਹੀ ਸਾਥ ਦਿੰਦੇ ਸੀਗੇ, ਹੈ ਨਾ, ਵੀ ਮੁੰਡਿਆਂ ਖੁੰਡਿਆਂ ਨੂੰ ਬਦਮਾਸ਼ੀ ਕਰਨ 'ਚ ਐਟ ਦ ਐਂਡ ਤਾਂ ਉਹਨਾਂ ਦਾ ਹੀ ਹੱਥ ਹੈ ਨਾ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਚਲੋ ਜਿਵੇਂ ਕੋਈ ਵੀ ਪਾਰਟੀ ਤੋਂ ਬਿਲੋਂਗ ਕਰਦਾ ਹੋਵੇ ਕਿਸੇ ਵੱਡੇ ਲੀਡਰ ਦਾ ਸਾਥ ਹੋਣਾ ਜ਼ਰੂਰੀ ਸੀਗਾ, ਪਰ ਤੁਹਾਡੀ ਆਪਦੀ ਜ਼ਿੰਦਗੀ ਵਿੱਚ ਵੀ ਵੱਡੇ ਵੱਡੇ ਲੀਡਰਾਂ ਦਾ ਬੜਾ ਯੋਗਦਾਨ ਰਿਹਾ ਆ। ਮੈਂ ਜਦੋਂ ਤੁਹਾਨੂੰ ਦੱਸਿਆ ਵੀ ਮੇਰੀਆਂ ਲਿਹਾਜ਼ਾਂ ਰਹੀਆਂ ਨੇ ਕਿਉਂਕਿ ਮੈਂ ਪੋਲੀਟੀਕਲੀ ਇਨਵੋਲਵ ਰਿਹਾ, ਮੈਂ ਕਾਂਗਰਸ ਦਾ ਬਲਾਕ ਪ੍ਰਧਾਨ ਰਿਹਾ, ਮੈਂ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਲੜੀ ਤਾਂ ਉਦੋਂ ਵੀ ਬੂਥ ਕੈਪਚਰ ਹੋਏ, ਮੇਰੇ 'ਤੇ ਝੂਠਾ ਪਰਚਾ ਵੀ ਦਿੱਤਾ ਗਿਆ, ਤਾਂ ਮੈਂ ਉਹ ਬਦਲਾਖੋਰੀ ਦੀ ਰਾਜਨੀਤੀ ਦੇਖੀ ਆ, ਕਿਉਂਕਿ ਆਪਦੇ ਵੀ 3-4-5 ਪਰਚੇ ਦੇ ਭੁਗ ਚੁੱਕੇ ਹੋ। ਉਹ ਤਾਂ ਚਲੋ ਜਵਾਨੀ ਵੇਲੇ ਕਾਲਜ ਟਾਈਮ 'ਤੇ ਹਾਲਾਤ ਮਾਹੌਲ ਗਰੁੱਪ ਬਾਜ਼ੀਆਂ ਤਾਂ ਉਹਦੀ ਜ਼ਿੰਦਗੀ ਜਿਉਂ ਕੇ ਆਏ ਆ, ਤਾਂ ਫਿਰ ਉਹ ਚੀਜ਼ ਨੂੰ ਤੁਸੀਂ ਸਮਝਦੇ ਹੋ ਵੀ ਇਹਦੇ ਨੁਕਸਾਨ ਕੀ ਨੇ, ਹੈ ਨਾ, ਤੁਹਾਡੇ ਪੇਰੈਂਟਸ ਨੂੰ, ਤੁਹਾਡੇ ਆਲੇ ਦੁਆਲੇ ਦੇ ਲੋਕ ਕਿੰਨੇ ਪ੍ਰਭਾਵਿਤ ਹੁੰਦੇ ਆ, ਤੁਹਾਡਾ ਕਿੰਨਾ ਕੀਮਤੀ ਸਮਾਂ ਖਰਾਬ ਹੁੰਦਾ, ਤਾਂ ਉਹ ਤੁਹਾਡੇ ਫਿਊਚਰ ਵਾਸਤੇ ਉਹ ਕਿੰਨਾ ਖਤਰਨਾਕ ਆ, ਉਹ ਚੀਜ਼ਾਂ ਹੰਢਾਈਆਂ ਹੋਈਆਂ ਨੇ, ਹੈ ਨਾ, ਤਾਂ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਤੁਹਾਡੀ ਲਿਖਤ 'ਚ ਜਾਂ ਤੁਹਾਡੀਆਂ ਗੱਲਾਂ 'ਚ ਜਾਂ ਤੁਸੀਂ ਜਿਹੜਾ ਵੀ ਕੰਮ ਕਰੋਗੇ ਤਾਂ ਉਹ ਐਕਸਪੀਰੀਅੰਸ ਨਾਲ ਜਾਂਦੇ ਨੇ ਤੁਹਾਡੇ। ਪਰ ਮੈਂ ਸੱਚ ਪੁੱਛਿਓ 11-12 ਤੋਂ ਬਾਅਦ ਤਾਂ ਪੋਲੀਟੀਕਲ ਲੋਕਾਂ ਤੋਂ ਕਾਫੀ ਦੂਰ ਹਾਂ, ਹਾਲਾਂਕਿ ਮੇਰੇ ਬਹੁਤ ਸਾਰੇ ਦੋਸਤ ਨੇ, ਉਹਨਾਂ ਦੇ ਕੋਈ ਅੱਗੇ ਛੋਟੀ ਉਮਰ ਦੇ ਤਾਂ ਜਿਹੜੇ ਉਦੋਂ ਵਰਕਰ ਹੁੰਦੇ ਸੀ ਉਹ ਅੱਜ MLA ਬਣ ਕੇ, ਨਹੀਂ ਮੈਂ ਨਾਂ ਨਹੀਂ ਲਊਂਗਾ ਕਿਸੇ ਦਾ ਕਿਉਂਕਿ ਉਹ ਵੱਡੇ ਨੇ ਹੁਣ, ਤਾਂ ਕਿਉਂਕਿ ਵੱਡੇ ਨੇ ਹੁਣ, ਹੈ ਨਾ। ਕਈ ਤਾਂ ਇਹ ਸੀ ਵੀ ਜਦੋਂ ਮੈਨੂੰ ਯਾਦ ਆ ਮੈਂ ਸਟੇਜ ਸੈਕਟਰੀ ਹੁੰਦਾ ਸੀ ਥੱਲੇ ਪਜਾਮਾ ਖਿੱਚਦੇ ਹੁੰਦੇ ਸੀ ਵੀ ਯਾਰ ਬਾਈ ਮੈਨੂੰ ਬੁਲਾ ਦੀ 2 ਮਿੰਟ ਮੈਨੂੰ ਟਾਈਮ ਦੇ ਦੀ, ਹੈ ਨਾ, ਤਾਂ ਉਹ ਕੁਛ ਸਾਲ ਪਹਿਲਾਂ ਰਾਜੇ ਵੜਿੰਗ ਨਾਲ ਜਾ ਰਹੀ ਹੈ ਕਿ ਨਹੀਂ, ਮੈਂ ਕਿਉਂਕਿ ਉਹ ਯੂਥ ਕਾਂਗਰਸ ਸੀ, ਅਸੀਂ ਥੋੜ੍ਹਾ ਜਦੋਂ ਸੀਨੀਅਰ ਸੀ ਤਾਂ ਉਹ ਸਾਡੇ ਜਿਹੜੇ ਹਲਕੇ ਦੇ MLA ਉਹਨਾਂ ਦੇ ਬੇਟੇ ਜਾਂ ਉਹਨਾਂ ਸਾਰਿਆਂ ਨਾਲ ਤਾਂ ਉਹਨਾਂ ਦਾ ਸੀਗਾ, ਤਾਂ ਫਿਰ ਇਹ ਹੋਰ ਬਹੁਤ ਸਾਰੇ ਨੇ, ਤਾਂ ਮੈਂ ਨਾਂ ਨਹੀਂ ਲੈਣਾ ਚਾਹੂੰ ਕਿਉਂਕਿ ਉਹਨਾਂ ਕਈ ਵਾਰੀ ਗੱਲ ਹੋਰ ਪਾਸੇ ਚਲੀ ਜਾਂਦੀ ਹੈ, ਹੋਰ ਪਾਸੇ ਚਲੀ ਜਾਂਦੀ ਹੈ, ਮੈਂ ਤਾਂ ਨਹੀਂ ਲੈਣਾ ਚਾਹੁੰਦਾ। ਤਾਂ ਫਿਰ ਉਹ ਕਿਉਂਕਿ ਅੱਜ ਤਾਂ ਹੋ ਸਕਦਾ ਮੈਂ ਕੋਲ ਦੀ ਲੰਘਣ ਤਾਂ ਉਹ ਅੱਖ ਜਿਹੀ ਚੁਰਾ ਲੈਣ, ਕਿਉਂਕਿ ਕੋਈ ਬੰਦਾ ਜਿਹੜਾ ਤੁਹਾਨੂੰ ਬਾਈ ਕਹਿ ਕੇ ਬੁਲਾਉਂਦਾ ਰਿਹਾ ਜਾਂ ਤੁਹਾਡਾ ਮਾਣ ਕਰਦਾ ਸਤਿਕਾਰ ਮਾਣ ਕਰਦਾ ਹੀ, ਤਾਂ ਅੱਜ ਉਹ ਖੁਦ MLA 4 ਬੰਦੇ ਉਹਦੇ ਮਗਰ ਆ ਲੋਕ ਇਕੱਠੇ ਆ, ਤਾਂ ਉਹ ਫਿਰ ਥੋੜ੍ਹਾ ਹੋ ਜਾਂਦਾ ਆਫ ਸਕਰੀਨ ਦੱਸਦੇ ਕੋਈ ਨਾ। ਹਾਂ ਤਾਂ ਉਹ ਉਹਨਾਂ ਨੂੰ ਇਹ ਵੀ ਨਹੀਂ ਯਾਰ ਅਸੀਂ ਹੁਣ ਮੰਤਰੀ ਹਾਂ MLA ਹਾਂ ਜਾਂ ਹੈਪੀ ਬਾਈ, ਤੁਹਾਡੀ ਆਪਦੀ ਜ਼ਿੰਦਗੀ 'ਚ ਕਲਾਕਾਰਾਂ ਦਾ ਕਿੰਨਾ ਵੱਡਾ ਯੋਗਦਾਨ ਰਿਹਾ ਆ, ਸਾਥ ਦਾ ਕਿਸੇ ਨੇ ਕੋਈ ਇੰਡਸਟਰੀ 'ਚ, ਕਿਉਂਕਿ ਇੱਕ ਕਹਿੰਦੇ ਨੇ ਨਾ ਤੁਸੀਂ ਜਿਵੇਂ ਲੀਡਰਾਂ ਦੀ ਗੱਲ ਕੀਤੀ ਆ, ਹੈ ਨਾ, ਸਿਨੇਮਾ ਵਾਸਤੇ ਵੀ ਤੁਸੀਂ ਕੰਮ ਕਰ ਰਹੇ ਹੋ, ਤਾਂ ਮੈਨੂੰ ਇੱਦਾਂ ਲੱਗਦਾ ਕਿ ਚਲੋ ਤੁਹਾਨੂੰ ਇੱਕ ਚੰਗਾ ਤਜ਼ਰਬਾ ਹੈਗਾ ਫਿਲਮ ਦਾ, ਤੁਹਾਡਾ ਇੱਕ ਕੰਮ ਬੋਲਦਾ ਤੁਹਾਡਾ ਵੀ ਤੁਸੀਂ ਅਗਰ ਫਿਲਮ ਬਣਾ ਰਹੇ ਹੋ ਬਿਨਾਂ ਡਰ ਤੋਂ ਬਿਨਾਂ ਕਿਸੇ ਚੀਜ਼ ਤੋਂ, ਤੁਸੀਂ ਆਪਦੇ ਅੰਦਰ ਗਟਸ ਹੋਣੇ ਚਾਹੀਦੇ ਇਨਸਾਨ ਉੱਤੇ ਕਿ ਤੁਸੀਂ ਮੁੱਦਿਆਂ 'ਤੇ ਫਿਲਮ ਬਣਾ ਸਕੋ, ਚੱਕ ਸਕੋ, ਅਤੇ ਕਲਾਕਾਰਾਂ ਵੱਲੋਂ ਕਦੀ ਸਾਥ ਤੁਹਾਨੂੰ ਰਿਹਾ ਤੁਹਾਡਾ? ਮੈਨੂੰ ਸਾਹਿਲ ਵੀਰੇ ਸੱਚੀ ਸਾਰਿਆਂ ਨੇ ਸਾਥ ਦਿੱਤਾ, ਇੰਡਸਟਰੀ ਦੇ ਕਾਫੀ ਡਾਇਰੈਕਟਰ ਮੇਰੇ ਦੋਸਤ ਨੇ, ਵੱਡੇ ਹਾਊਸ ਨੇ, ਹੈ ਨਾ, ਤਾਂ ਮੈਂ ਉਹਦੇ ਟ੍ਰੇਲਰ ਲਾਂਚਿੰਗ 'ਤੇ ਤਾਂ ਚਲੋ ਆਏ ਸੀ, ਹੰਬਲ ਮੋਸ਼ਨ ਤੋਂ ਭਾਨਾ ਵੀਰ ਆਇਆ ਹੋਇਆ ਸੀ, ਜਸ ਗਰਿਆਲ ਬਾਈ ਆਇਆ ਹੋਇਆ ਸੀ, ਤਾਂ ਯੁਵਰਾਜ ਅਨਸੋਣੀ, ਸਾਰੇ ਜੋਗਨ ਸੰਧੂ ਹੋਣੀ, ਲਾਡੀ ਕਾਂਗੜ ਹੋਣੀ, ਸਾਰੇ ਬੈਠੇ ਮੂਹਰੇ, ਤਾਂ ਉਹ ਕਿਤੇ ਨਾ ਕਿਤੇ ਸਾਡੇ ਗਾਏ ਵਗਾਏ ਸਾਡਾ ਪਹਿਲਾਂ ਰਾਵਾ ਸੀਗਾ। ਤਾਂ ਮੈਂ ਨਾ ਹੋਰ ਤਰੀਕੇ ਦਾ ਬੰਦਾ, ਤਾਂ ਮੈਨੂੰ ਮੈਂ ਕਿਸੇ ਨੂੰ ਕਹਿਣਾ ਮੈਂ ਮਿਲਣਾ ਤੈਨੂੰ, ਅਗਰ ਉਹਨੇ ਇੱਕ ਵਾਰੀ ਟਾਈਮ ਦਿੱਤਾ ਮੈਂ ਦੁਬਾਰਾ ਫੇਰ ਕਹਿਣਾ ਯਾਰ ਮੈਂ ਮਿਲਣਾ ਤੈਨੂੰ, ਤਾਂ ਮੈਂ ਤਾਂ ਵੜ ਜਾਂਦਾ ਜਾ ਕੇ, ਜਿਵੇਂ ਆਪਣਾ ਪੰਜਾਬੀ ਹੁੰਦਾ ਨਾ ਹੱਕ ਹੁੰਦਾ, ਤਾਂ ਮੈਂ ਤਾਂ ਜ਼ਬਰਦਸਤੀ ਬਹਿ ਜਾਂਦਾ ਜਾ ਕੇ, ਤਾਂ ਮੈਂ ਤਾਂ ਉਹਨਾਂ ਤੋਂ ਸਾਥ ਲਿਆ, ਉਹਨਾਂ ਨੇ ਦਿੱਤਾ ਵੀ ਆ, ਮੈਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ, ਨਾ ਮੈਨੂੰ ਕਦੇ ਰਿਧਮ ਬੋਇਜ਼ ਨੇ, ਕਾਰਜ ਬਾਈ ਕੋਲ ਮੈਂ ਜਿੰਨਾ ਟਾਈਮ ਬੈਠਦਾ 2-2-3-3 ਘੰਟੇ, ਵੀਰੇ ਹੁਣੇ ਆ ਕੇ ਵੀ ਗਏ, ਫਾਈਨਲ ਐਡਿਟ ਜਦੋਂ ਹੋਇਆ ਤਾਂ ਫਾਈਨਲ ਕੱਟ ਦੇਖ ਕੇ ਗਏ, ਮੈਨੂੰ ਲੱਗਦਾ ਸਟੂਡੀਓ 'ਚ ਵੀ ਫਸਟ ਟਾਈਮ ਆਏ ਸੀ, ਹੈ ਨਾ,
ਤਾਂ ਇਸੇ ਤਰ੍ਹਾਂ ਹੰਬਲ ਵਾਲਿਆਂ ਨੇ ਉੱਥੇ ਹਰਦੀਪ ਦੇਖਦਾ ਦਫ਼ਤਰ ਭਾਨੇ ਵੀ ਰਹਿਣੀ ਆ ਡੀ ਓ ਪੀ ਨੇ ਮੈਨੂੰ ਉਹਨਾਂ ਨੇ ਕਰਾ ਕੇ ਦਿੱਤਾ ਤਾਂ ਇਸੇ ਤਰ੍ਹਾਂ ਮਿਊਜ਼ਿਕ 'ਚ ਕੁਲਵਿੰਦਰ ਬਿੱਲੇ ਦੀ ਵੋਕਲ ਹੈ ਕੰਵਰ ਗਰੇਵਾਲ ਬਾਈ ਆ ਕੰਵਰ ਬਾਈ ਨੇ ਤਾਂ ਪੈਸੇ ਹੀ ਨਹੀਂ ਲਏ ਤਾਂ ਉਹ ਤਨਵੀਰ ਦੇ ਕਿਉਂਕਿ ਦੋਸਤ ਨੇ ਨਾਲ ਪੜ੍ਹੇ ਨੇ ਉਹ ਐਡੇ ਰੱਬੀ ਬੰਦੇ ਨੇ ਤਾਂ ਬਾਕੀ ਵੀ ਨਿੰਜਾ ਵੀਰਾ ਹੈ ਨਾ ਜੋਬਨ ਸੰਧੂ ਆ ਤਾਂ ਉਹ ਕੁੜੀ ਨਾਇਕਰਾ ਉਮੇਸ਼ ਕਰਮਾ ਵਾਲੇ ਕੋਲ ਤਾਂ ਬੰਨੀ ਜੋਹਲ ਵੀਰਾ ਤਾਂ ਬੰਨੀ ਉਦੋਂ 2 ਸਾਲ ਪਹਿਲਾਂ ਜਦੋਂ ਤੋਂ ਗਾਣਾ ਮੇਰੇ ਕੋਲ ਆਇਆ ਤਾਂ ਬੰਨੀ ਉਦੋਂ ਜਿੱਥੇ ਅੱਜ ਪਹੁੰਚਿਆ ਵਾ ਇੱਥੇ ਨਹੀਂ ਸੀ ਪਰ ਇਹਦੇ ਬਾਵਜੂਦ ਵੀ ਉਹ ਕਹਿੰਦਾ ਬਾਈ ਤੁਹਾਨੂੰ ਦੇਤਾ ਹਾਕੀਆਂ ਵਾਲਾ ਗਾਣਾ ਹੈ ਨਾ ਤਾਂ ਹੋਰ ਸਿੰਗਰ ਵੀ ਜਿੰਨੇ ਵੀ ਨੇ ਬਾਈ ਅਗਰ ਉਹ ਮਾਰਕੀਟ 'ਚ ਜਿੰਨੇ ਪੈਸੇ ਲੈ ਰਹੇ ਨੇ ਤਾਂ ਮੈਂ ਉਹਨਾਂ ਨੂੰ ਮਸਾਂ 50% ਦਿੱਤੇ ਹੋਣੇ ਆ ਉਹ ਵੀ ਲੇਡ ਲੂਟ ਹੀ ਦਿੱਤੇ ਤਾਂ ਬਹੁਤ ਸਾਥ ਦਿੱਤਾ ਸੱਚੀ ਬਹੁਤ ਸਾਥ ਦਿੱਤਾ ਤਾਂ ਮੈਂ ਤਾਂ ਕਹਿੰਦਾ ਖੈਰ ਅਸੀਂ ਲੱਕੀ ਹਾਂ ਮੈਂ ਹੈ ਨਾ ਕੈਟਾਲੋਗ ਦੇਖੋ ਮਿਊਜ਼ਿਕ ਦਾ ਕਿੱਡਾ ਵੱਡਾ ਹੈ ਨਾ ਬਾਈ ਜਦੋਂ ਫਿਲਮ ਬਣਾ ਰਹੇ ਸੀਗੇ ਅਸਲ 'ਚ ਵੀ ਸਿਰ ਫਟਿਆ ਕਿਸੇ ਦਾ ਨਹੀਂ ਇਹੋ ਜਿਹੀ ਨੌਬਤ ਨਹੀਂ ਆਈ ਕਿਉਂਕਿ ਸਾਡਾ ਐਕਸ਼ਨ ਡਾਇਰੈਕਟਰ ਬੜਾ ਸੀ ਕਿਤੇ ਕੋਈ ਪੀੜ ਐਕਸ਼ਨ ਡਾਇਰੈਕਟਰ ਸਿਆਣਾ ਸੀ ਸਾਡਾ ਕਿਤੇ ਕੋਈ ਪੀੜ ਕੋਈ ਦਰਦ ਲੱਗੀ ਹੈ ਕਿਤੇ ਕੋਈ ਚੋਟ ਸੱਟ ਡੂੰਘੀ ਵੱਜੀ ਹੋਵੇ ਨਹੀਂ ਕਿਉਂਕਿ ਅਸਲ 'ਚ ਨਾ ਅਸੀਂ ਔਨ ਪੇਪਰ ਤਿਆਰੀ ਜ਼ਿਆਦਾ ਸੀ ਟੀਮ ਅੱਛੀ ਸੀ ਪੜ੍ਹੇ ਲਿਖੇ ਮੁੰਡੇ ਹੀ ਸਾਰੇ ਤਾਂ ਸਾਰੀਆਂ ਚੀਜ਼ਾਂ ਪਹਿਲਾਂ ਹੀ ਕਰਕੇ ਚੱਲੇ ਸੈਂਸਰ ਤੱਕ 3 ਮਹੀਨੇ ਪਹਿਲਾਂ ਹੋ ਗਿਆ ਸੀ ਡੇਟ ਅਨਾਊਂਸ ਕੀਤੀ ਜਦੋਂ 3 ਮਹੀਨੇ ਪਹਿਲਾਂ ਡੇਟ ਅਨਾਊਂਸ ਕੀਤੀ ਔਰ ਸੈਂਸਰ ਕਰਵਾ ਕੇ ਉਹ ਕੰਮ ਪਹਿਲਾਂ ਆ ਨਹੀਂ ਉਹ ਹਰ ਚੀਜ਼ ਵੀ ਪਹਿਲਾਂ ਤਿਆਰੀ ਹੋਣੀ ਚਾਹੀਦੀ ਤੁਹਾਡੀ ਹੈ ਨਾ ਤਾਂ ਉਸ ਕਰਕੇ ਕੋਈ ਦਿੱਕਤ ਨਹੀਂ ਆਉਂਦੀ ਕੋਈ ਸਾਨੂੰ ਨਹੀਂ ਆਈ ਅਤੇ ਮਾਨਵ ਬਾਈ ਨਾਲ ਬਾਈ ਕਿਵੇਂ ਰਿਹਾ ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਪੰਜਾਬ 'ਚ ਮਾਨਵ ਵਿਜ ਨੂੰ ਲਿਆਉਣਾ ਇਹ ਬਾਈ ਇੱਕ ਤਾਂ ਕਹਿੰਦੇ ਨੇ ਨਾ ਵੀ ਚਲੋ ਕਲਾਕਾਰ ਚੰਗਾ ਹੋਵੇ ਤਾਂ ਦੇਖਣ ਦਾ ਜੀ ਵੀ ਕਰਦਾ ਹੈ ਨਾ ਅਤੇ ਮਾਨਵ ਬਾਈ ਦਾ ਵੈਸੇ ਹੀ ਬਹੁਤ ਵੱਡਾ ਉਹਦਾ ਉਹਨਾਂ ਦਾ ਕੰਮ ਬੋਲਦਾ ਉਹ ਮਾਨਵ ਵੀਰੇ ਹੋਣਾਂ ਨੇ ਨਾ ਆਪਣੇ ਤੋਂ ਪਹਿਲਾਂ 2-3 ਵੱਡੀਆਂ ਫਿਲਮਾਂ ਨੂੰ ਜਵਾਬ ਦੇ ਚੁੱਕੇ ਸੀ ਕਿਉਂਕਿ ਬਾਲੀਵੁੱਡ 'ਚ ਬਾਈ ਦਾ ਨਾਂ ਵੱਡਾ ਹੋ ਚੁੱਕਿਆ ਤਾਂ ਉੱਥੇ ਤਣਾਵ ਨੇ ਬਹੁਤ ਕੰਮ ਕੀਤਾ ਨਾ ਮੇਨ ਲੀਡ 'ਚ ਤਣਾਵ 2 ਸ਼ੂਟ ਹੋ ਗਿਆ ਹੋਣਾ ਤਾਂ ਅਸੀਂ ਅਪਰੋਚ ਕੀਤਾ ਜਿੰਮੀ ਸ਼ੇਰਗਿੱਲ ਔਰ ਮਾਨਵ ਵਿੱਚ ਦੋਨਾਂ ਨੂੰ ਇੱਕੋ ਟਾਈਮ 'ਤੇ ਤਾਂ ਦੋਨਾਂ ਨੂੰ ਹੀ ਸਕ੍ਰਿਪਟ ਪਸੰਦ ਸੀ ਤਾਂ ਅਸੀਂ ਮੀਟਿੰਗ ਰੱਖ ਲਈਆਂ ਤਾਂ ਮਾਨਵ ਬਾਈ ਕੋਲ ਪਹਿਲਾਂ ਪਹੁੰਚ ਗਏ ਸੀ ਤਾਂ ਮਾਨਵ ਨੇ ਫੋਨ 'ਤੇ ਸਿਰਫ ਵਨਲਾਈਨਰ ਸੁਣਿਆ ਸੀ ਵੀ ਆਹ ਵਨਲਾਈਨਰ ਆ ਤਾਂ ਉਹਨੇ ਇੰਨਾ ਕਿਹਾ ਯਾਰ ਮੈਂ ਤੁਹਾਡੇ ਕਾਲਜ ਦਾ ਨਾਮ ਬਹੁਤ ਸੁਣਿਆ ਮੈਂ ਫਿਰੋਜ਼ਪੁਰ ਦਾ ਤਾਂ ਆਪਾਂ ਕਰ ਸਕਦੇ ਹਾਂ ਆਪਾਂ ਸੁਣਦੇ ਹਾਂ ਤਾਂ ਫਿਰ ਉਹੀ ਬੋਂਬੇ ਮੈਂ ਨਰੇਸ਼ਨ ਦਿੱਤੀ ਤਾਂ ਮੈਂ ਜਿਵੇਂ ਫੋਨ ਬੰਦ ਕਰਾ ਲਿਆ ਤਾਂ ਮੇਰੇ ਅੱਗੇ ਚੈਲੇਂਜ ਇਹ ਸੀ ਵੀ ਜਿਹੜਾ ਉਹਨਾਂ ਦਾ ਜਵਾਨੀ ਵਾਲਾ ਕਰੈਕਟਰ ਸੀ ਤਾਂ ਉਹਦੇ 'ਚ ਵੀ ਉਹ ਜਵਾਨ ਲੱਗਣਗੇ ਕਿਉਂਕਿ ਤਣਾਵ 2 'ਚ ਬਾਈ ਥੋੜ੍ਹਾ ਭਰਾ ਸੀ ਬਟ ਜਦੋਂ ਮੈਂ ਗਿਆ ਤਾਂ ਉਹਨੇ ਬਹੁਤ ਵੇਟ ਲੂਜ਼ ਕੀਤਾ ਹੋਇਆ ਸੀ ਤਾਂ ਫਿਰ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਨਰੇਸ਼ਨ ਦਿੱਤੀ ਜਦੋਂ ਤਾਂ ਬਾਈ ਨੂੰ ਪਸੰਦ ਆ ਗਿਆ ਉਹ ਕਹਿੰਦੇ ਯਾਰ ਆਪਾਂ ਕਰਾਂਗੇ ਹੈ ਨਾ ਤਾਂ ਉਹਨੇ ਇਹ ਵੀ ਕਿਹਾ ਕਹਿੰਦਾ ਯਾਰ ਮੈਂ ਇੱਥੇ ਫੀਸ ਬਹੁਤ ਲੈਣ ਲੱਗ ਗਿਆ ਤਾਂ ਮੈਂ 50% ਘੱਟ ਕਰ ਲੂੰਗਾ ਆਪਾਂ ਫਿਲਮ ਬਣਾਉਂਦੇ ਹਾਂ ਆ ਜਾਓ ਤਾਂ ਫਿਲਮ ਸ਼ੁਰੂ ਹੋ ਗਈ ਤਾਂ ਫਿਰ ਉਹਨਾਂ ਨੇ ਵੇਟ ਲੂਜ਼ ਕੀਤਾ ਪਹਿਲਾਂ ਫਿਰ ਵਿੱਚੋਂ ਸਕੈਜੂਅਲ 2 ਸੀ ਸਾਡੇ ਪ੍ਰੋਪਰ ਕਿਉਂਕਿ 1 90 ਅਤੇ 1 11 ਪਹਿਲਾਂ ਜੰਟਾ ਸਟੂਡੈਂਟ ਹੈ ਤਾਂ ਫਿਰ ਜੰਟਾ ਫੌਜੀ ਹੈ ਫੌਜੀ ਅਫਸਰ ਫਿਰ ਵਾਪਸ ਆਉਂਦਾ ਤਾਂ ਉਹਦੇ ਵਾਸਤੇ ਵੇਟ ਗੇਨ ਕੀਤਾ ਤਾਂ ਇਹ ਬਤੌਰ ਐਕਟਰ ਤਾਂ ਵੈਸੇ ਵੀ ਸੈੱਟ 'ਤੇ ਉਹਨੇ ਜਿਵੇਂ ਕੰਫਰਟੇਬਲ ਰੱਖਿਆ ਲੋਕਾਂ ਨੂੰ ਤਾਂ ਮੈਂ ਹੱਸ ਕੇ ਕਹਿੰਦਾ ਉਹਨਾਂ ਖੱਪੀ ਬਹੁਤ ਆ ਬਾਈ ਬਹੁਤ ਖੱਪੀ ਆ ਇੰਨਾ ਬੋਲਦਾ ਇੰਨੀਆਂ ਗੱਲਾਂ ਕਰਦਾ ਉਹ ਕਦੇ ਵੈਂਟੀ 'ਚ ਨਹੀਂ ਬੈਠਦੇ ਸਾਰੇ ਮੁੰਡੇ ਕੁੜੀ ਐਕਟਰਾਂ ਦੇ ਵਿੱਚ ਬੈਠਾ ਰੌਲਾ ਪੈ ਰਿਹਾ ਹੈ ਨਾ ਤਾਂ ਉਹਨੇ ਸਭ ਨੂੰ ਪਹਿਲਾਂ ਹੀ ਰਿਲੈਕਸ ਕਰ ਦੇਣਾ ਆਉਣ ਸਾਰ ਤਾਂ ਉਹ ਔਨ ਸਕਰੀਨ ਤੁਹਾਨੂੰ ਉਹ ਬੋਂਡਿੰਗ ਦਿਖੇਗੀ ਬਾਈ ਸਾਨੂੰ ਉਮੀਦ ਆ ਕਿ ਇਹ ਫਿਲਮ ਤੁਹਾਡੀ ਜ਼ਿੰਦਗੀ 'ਚ ਇੱਕ ਚੰਗਾ ਪ੍ਰਭਾਵ ਲੈ ਕੇ ਆਵੇ
ਤੁਹਾਨੂੰ ਤੁਹਾਡੀ ਮਿਹਨਤ ਦਾ ਮੁੱਲ ਪਵੇ, ਪੂਰੀ ਪੂਰੀ ਟੀਮ ਦੀ ਮਿਹਨਤ ਦਾ ਮੁੱਲ। ਹਾਂ ਬਿਲਕੁਲ, ਇਹ ਟੀਮ ਦੀ ਫਿਲਮ ਹੈ। ਉਹ ਸਾਰੇ ਮੁੰਡੇ ਕੁੜੀਆਂ, ਜਿਵੇਂ 2 ਦਰਜਨ ਮੁੰਡੇ ਕੁੜੀਆਂ ਪਹਿਲੀ ਵਾਰੀ ਵੱਡੇ ਪਰਦੇ 'ਤੇ ਆ ਰਹੇ ਆ, ਆਪਣੇ ਆਪ ਵਿੱਚ ਵੱਡਾ ਐਕਸਪੈਰੀਮੈਂਟ ਆ। ਤਾਂ ਉਹ ਪਤਾ ਕਿ ਇੱਥੇ ਸ਼ਹਿਰਾਂ 'ਚੋਂ ਮੁੰਡੇ ਕੁੜੀਆਂ ਵਿਚਾਰੇ ਨਿੱਕੇ ਨਿੱਕੇ ਸੁਪਨੇ ਲੈ ਕੇ ਆਉਂਦੇ ਆ, ਹੈ ਨਾ, ਮੈਨੂੰ ਇੱਕ ਸੀਨ ਮਿਲ ਜੇ, ਮੈਨੂੰ ਇੱਕ ਡਾਇਲੋਗ ਮਿਲ ਜੇ। ਤਾਂ ਉਹਨਾਂ ਦੇ ਬਹੁਤ ਅੱਛੇ ਕਰੈਕਟਰ ਨੇ, ਤਾਂ ਉਹਨਾਂ ਵਾਸਤੇ ਵੀ ਫਿਲਮ ਰਾਹ ਖੋਲ੍ਹੇ, ਅਸੀਂ ਇਹੀ ਅਰਦਾਸ ਕਰਦੇ ਹਾਂ। ਅਤੇ ਹੋ ਗਈ ਬਸ ਇੰਟਰਵਿਊ, ਥੈਂਕ ਯੂ। ਮੈਨੂੰ ਐਂ ਲੱਗਦਾ ਕਿ ਚਲੋ ਥੋੜ੍ਹੇ ਗੱਲਾਂ ਦਿਲ ਦੀਆਂ ਹੋਣ, ਜੇ ਹੋਣਗੀਆਂ ਤਾਂ ਨਾ ਕਿ ਦਿਖਾਵੇ ਵਾਸਤੇ ਹੋਣ। ਹਾਂ ਬਿਲਕੁਲ, ਮੈਂ ਕਿਹਾ ਚਲੋ, ਕਿਉਂਕਿ ਇੱਦਾਂ ਦੇ ਕੋਈ ਸਵਾਲ ਸੀ। ਨਹੀਂ, ਅੱਛੀ ਇੰਟਰਵਿਊ ਸੀ ਜਿਹੜੇ ਚਾਹੁੰਦੇ, ਕਿਉਂਕਿ ਤੁਸੀਂ ਇਹ ਨਹੀਂ ਕੋਸ਼ਿਸ਼ ਕੀਤੀ ਕਿ ਮੈਂ ਪ੍ਰਮੋਟ ਕਰ ਰਿਹਾ ਫਿਲਮ, ਤਾਂ ਤੁਹਾਡੀ ਇੰਟਰਵਿਊ ਪ੍ਰੋਪਰ ਇੰਟਰਵਿਊ ਸੀ।